ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਤਿਹਾਸ ਦੀ ਜਿਹੜੀ ਗੱਲ ਕਰਨੀ ਹੈ ਅਸੀਂ ਉਹਦੇ ਵਿੱਚ ਜਦੋਂ ਅਸੀਂ ਖਾਸ ਕਰਕੇ ਹਰੀ ਸਿੰਘ ਨਲੂਏ ਦੇ ਇਤਿਹਾਸ ਦੀ ਗੱਲ ਕਰਦੇ ਤਾਂ ਉਸ ਇਤਿਹਾਸ ਦਾ ਜਿਹੜਾ ਦਾਇਰਾ ਹੈ ਉਹ ਇੱਕ ਵੱਡੇ ਦਾਇਰੇ ਦੇ ਵਿੱਚ ਘੁੰਮਦਾ ਹੈ ਉਹ ਹੈ ਸਾਡਾ ਸਟੇਟ ਹੁਡ ਸਾਡਾ ਖਾਲਸਾ ਰਾਜ ਉਹ ਖਾਲਸਾ ਰਾਜ ਪ੍ਰਗਟ ਕਿਸ ਚੇਤਨਾ 'ਚ ਹੁੰਦਾ ਹੈ ਉਹ ਚੇਤਨਾ ਜਿਹੜੀ ਹੈ ਉਹ ਸਮੁੱਚੀ ਲਗਾਈ ਨੂੰ ਅਸਰ ਅੰਦਾਜ਼ ਕਿਵੇਂ ਕਰਦੀ ਹੈ ਤੇ ਜਿਹੜੀਆਂ ਅਵਚੇਤਨ ਮਨ ਦੇ ਵਿੱਚੋਂ ਹੋਈਆਂ ਲਾਪਰਵਾਹੀਆਂ ਦੇ ਸਦਕਾ ਉਹ ਰਾਜ ਸਾਡੇ ਹੱਥੋਂ ਜਾਂਦਾ ਰਹਿੰਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਨਾ ਹੁੰਦਾ ਨਹੀਂ ਤੇ ਇਤਿਹਾਸ ਜਿਹੜਾ ਹੈ ਉਹ ਤਾਂ ਤੁਸੀਂ ਕਿਤੇ ਵੀ ਪੜ੍ਹ ਸਕਦੇ ਹੋ ਕਿਤੇ ਵੀ ਸੁਣ ਸਕਦੇ ਹੋ ਜਾਣਕਾਰੀ ਦਾ ਅੱਜ ਕੱਲ੍ਹ ਸਭ ਤੋਂ ਵੱਡਾ ਸਾਧਨ ਮੋਬਾਈਲ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਪੰਜਾਬੀ ਵਿੱਚ ਹਰੀ ਸਿੰਘ ਨਲੂਆ ਲਿਖੋ ਤੇ ਉਹਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਕ੍ਰੋਨੋਗ੍ਰਾਫਿਕ ਪੇਜ ਤੇ ਸਭ ਕੁਝ ਤੁਹਾਡੇ ਸਾਹਮਣੇ ਆ ਜਾਂਦਾ ਬਸ ਇਤਿਹਾਸਕਾਰ ਦੇ ਵਾਸਤੇ ਇਤਿਹਾਸਕਾਰੀ ਕੇਵਲ ਇਹ ਗੱਲ ਨਹੀਂ ਇਤਿਹਾਸਕਾਰ ਦੇ ਵਾਸਤੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਜਿਹੜਾ ਸਟੇਟ ਹੁਡ ਅਸੀਂ ਮਾਣਿਆ ਹੈ ਜਿਹੜਾ ਰਾਜ ਅਸੀਂ ਮਾਣਿਆ ਹੈ ਜਿਸ ਰਾਜ ਦੇ ਬਾਰੇ ਅੱਜ ਵੀ ਇੱਕ ਖਾਸ ਵਰਗ ਦੇ ਵਿੱਚੋਂ ਇੱਕ ਨਫ਼ਰਤ ਦਾ ਅੰਸ਼ ਜਨਮ ਲੈਂਦਾ ਹੈ ਮਹਾਤਮਾ ਗਾਂਧੀ ਦੇ ਪੋਤਰੇ ਨੇ ਮਾਫ਼ ਕਰਨਾ ਮੇਰੇ ਮੂੰਹੋਂ ਮਹਾਤਮਾ ਨਿਕਲ ਗਿਆ ਮੈਂ ਮੋਹਨਦਾਸ ਕਰਮਚੰਦ ਗਾਂਧੀ ਕਹਿਣਾ ਚਾਹਾਂਗਾ ਉਹਦੇ ਪੋਤਰੇ ਨੇ ਇੱਕ ਕਿਤਾਬ ਲਿਖੀ ਉਹਦੀ ਕਿਤਾਬ ਦੇ ਪ੍ਰੀ ਫੇਸ ਦੇ ਵਿੱਚ ਇੱਕ ਗੱਲ ਕਰਦਾ ਹੈ ਉਹ ਕਹਿੰਦਾ ਮੈਂ ਹੈਰਾਨ ਹਾਂ ਕਿ ਇੰਨੀ ਘੱਟ ਗਿਣਤੀ ਕੌਮ ਬਹੁ ਗਿਣਤੀ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਉੱਪਰ ਰਾਜ ਕਿਵੇਂ ਕਰਦੀ ਇੱਕ ਸਵਾਲ ਪੈਦਾ ਕਰਦਾ ਹੁਣ ਉਸ ਸਵਾਲ ਦੇ ਵਿੱਚੋਂ ਤੁਹਾਨੂੰ ਉਸਦੀ ਸਾਡੀ ਕੌਮ ਪ੍ਰਤੀ ਜਿਹੜੀ ਨਫ਼ਰਤ ਹੈ ਨਾ ਉਹਦਾ ਅੰਸ਼ ਸਮਝਣ ਨੂੰ ਮਿਲੇਗਾ ਕਿ ਉਹ ਸਾਡਾ ਉਹ ਸਟੇਟ ਹੁਡ ਜਿਹੜਾ ਹੈ ਉਹ ਪ੍ਰਵਾਨ ਕਿਉਂ ਨਹੀਂ ਦੂਸਰੀ ਗੱਲ ਕਿਹੜੀ ਗੱਲ ਹੈ ਜਿਹੜੀ ਉਸ ਸਟੇਟ ਹੁਡ ਨੂੰ ਗਲੋਰੀਫਾਈ ਕਰਦੀ ਹੈ ਜਿਹੜੀ ਸਾਡੀ ਸ਼ਾਨਾਂ ਅਤੇ ਇਤਿਹਾਸ ਦੀ ਰਚਨਾ ਕਰਦੀ ਹੈ ਤੇ ਕਿਹੜੀ ਚੇਤਨਤਾ ਦੇ ਵਿੱਚ ਉਹ ਰਾਜ ਪ੍ਰਗਟ ਹੁੰਦਾ ਹੈ ਜਿੰਨਾ ਚਿਰ ਅਸੀਂ ਇਹ ਗੱਲ ਨਹੀਂ ਸਮਝਾਂਗੇ ਉਹਨਾਂ ਚਿਰ ਤੱਕ ਅਸੀਂ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਦਾ ਜਿਹੜਾ ਜੀਵਨ ਹੈ ਉਹਨਾਂ ਨੂੰ ਕੈਨਵਸ ਦੇ ਉੱਪਰ ਚਿੱਤਰ ਨਹੀਂ ਕਰ ਸਕਣ ਉਹਦਾ ਇੱਕ ਕਾਰਨ ਹੈ ਤੁਸੀਂ ਸ਼ੇਰਗੜੀ ਦੇ ਕਿਲ੍ਹੇ ਦੀ ਫਤਿਹ ਵੇਖ ਲਓ ਤੁਸੀਂ ਕਸੂਰ ਦੇ ਕਿਲ੍ਹੇ ਦੀ ਫਤਿਹ ਵੇਖ ਲਓ ਤੁਸੀਂ ਅਟਕ ਦੀ ਜੰਗ ਵੇਖ ਲਓ ਤੁਸੀਂ ਨੁਸ਼ਹਿਰੇ ਦੀ ਜੰਗ ਵੇਖ ਲਓ ਤੁਸੀਂ ਜਹਾਂਗੀਰੇ ਦੀ ਜੰਗ ਵੇਖ ਲਓ ਇਹਦੇ ਤੋਂ ਇਲਾਵਾ ਤੁਸੀਂ ਮੁਲਤਾਨ ਦੀ ਫਤਿਹ ਵੇਖ ਲਓ ਤੁਹਾਨੂੰ ਇਹਨਾਂ ਸਾਰੇ ਜਰਨੈਲਾਂ ਦਾ ਇੱਕ ਇਕੱਠਾ ਯੋਗਦਾਨ ਨਜ਼ਰ ਆਵੇਗਾ ਔਰ ਦੁਨੀਆਂ ਦੇ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਇੰਪੀਰੀਅਲਿਜ਼ਮ ਦੇ ਵਿੱਚ ਇਵੇਂ ਦਾ ਰਾਜ ਦਰਬਾਰ ਨਹੀਂ ਸਿਰਜਿਆ ਗਿਆ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਜਿਹੜੀਆਂ ਕੰਧ ਚਿੱਤਰ ਜਿਹੜੇ ਫ੍ਰੈਸਕੋਸ ਨੇ ਜਾਂ ਜਿਹੜੀਆਂ ਪੇਂਟਿੰਗਸ ਨੇ ਨਾ ਉਹਨਾਂ ਨੂੰ ਵੇਖ ਕੇ ਉਹਦੇ ਵਿੱਚ ਇੱਕ ਅੰਸ਼ ਨੂੰ ਸਮਝਣ ਦਾ ਯਤਨ ਕਰੋ ਕਿ ਸ਼ੇਰੇ ਪੰਜਾਬ ਤੱਕ ਤੇ ਬੈਠਾ ਤੇ ਉਹਦੇ ਆਲੇ ਦੁਆਲੇ ਕੌਣ ਬੈਠਾ ਹਰੀ ਸਿੰਘ ਅਰੋੜਾ ਬੈਠਾ ਹੈ ਅਕਾਲੀ ਫੂਲਾ ਸਿੰਘ ਬੈਠਾ ਹੈ ਫਤਿਹ ਸਿੰਘ ਆਹਲੂਵਾਲੀਆ ਬੈਠਾ ਹੈ ਸਰਦਾਰ ਨਿਹਾਲ ਸਿੰਘ ਅਟਾਰੀਵਾਲਾ ਬੈਠਾ ਹੈ ਦੇਸਾ ਸਿੰਘ ਮਜੀਠੀਆ ਬੈਠਾ ਹੈ ਲਹਿਣਾ ਸਿੰਘ ਮਜੀਠੀਆ ਬੈਠਾ ਹੈ ਨਿਹਾਲ ਸਿੰਘ ਤੋਂ ਬਿਨਾਂ ਨਿਹਾਲ ਸਿੰਘ ਪੰਜ ਹੱਥਾਂ ਬੈਠਾ ਹੈ ਤੁਹਾਨੂੰ ਦੁਨੀਆਂ ਦੇ ਕਿਸੇ ਰਾਜ ਦੇ ਵਿੱਚ ਇਸ ਪੱਧਰ ਦੇ ਸੂਰਮੇ ਇੱਕ ਸਟੇਟ ਦੇ ਵਿੱਚ ਇਸ ਤਰ੍ਹਾਂ ਬੈਠੇ ਨਜ਼ਰ ਨਹੀਂ ਆਉਣੇ ਜਿਹੜੇ ਸਾਰੇ ਬਰਾਬਰ ਦੇ ਘਰ ਦੇ ਸੂਰਮੇ ਤੇ ਫਿਰ ਉਹਨਾਂ ਦੀ ਸੋਹਣਿਕ ਚੇਤਨਤਾ ਜਿਹੜੀ ਹੈ ਉਹ ਕਿੱਥੋਂ ਪੈਦਾ ਹੋਵੇਗੀ ਪਹਿਲਾਂ ਤਾਂ ਸਾਨੂੰ ਸਭ ਤੋਂ ਉਸ ਸਮੂਹਿਕ ਚੇਤਨਤਾ ਨੂੰ ਸਮਝਣਾ ਪਵੇਗਾ ਜਿਹੜੀ ਅੱਜ ਸਾਡੇ ਚੋਂ ਗਵਾ ਚੁੱਕੀ ਹੈ ਉਹਦੇ ਦੋ ਰੂਪ ਨੇ ਇੱਕ ਰੂਪ ਅਸੀਂ ਇਸ ਵਕਤ ਪ੍ਰਗਟ ਕਰਦੇ ਹਾਂ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਖਦਾ ਜ਼ਰੂਰ ਕਰੋ ਨਿਕਲਾ ਇੱਕ ਤੇ ਉਹਦਾ ਉਹ ਰੂਪ ਹੈ ਤੇ ਦੂਸਰਾ ਉਹਦਾ ਉਹ ਰੂਪ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਚੇਤਾ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਵਿਚਾਰਧਾਰਾ ਦੇ ਵਿੱਚੋਂ ਇਹ ਜਿਹੜੇ ਦੋ ਪਾਠ ਸੰਕਲਪ ਪ੍ਰਗਟ ਹੁੰਦੇ ਨੇ ਇਹ ਸਾਡੇ ਰਾਜ ਦੀ ਚੇਤਨਤਾ ਦਾ ਆਧਾਰ ਨੇ ਬੇਸ ਨੇ ਹੁਣ ਅਸੀਂ ਇਹਨਾਂ ਦੋਵਾਂ ਨੂੰ ਜੇ ਇਤਿਹਾਸ ਦੇ ਵਿੱਚੋਂ ਸਮਝਣਾ ਪਵੇਤੀ ਹੈ ਜਿਸ ਸਾਰੇ ਵਰਤਾਰੇ ਦੇ ਵਿੱਚੋਂ ਸਾਡਾ ਰਾਜ ਪ੍ਰਗਟ ਹੁੰਦਾ ਹੈ ਕਿ ਜਿਹੜੇ ਦੋ ਅੰਸ਼ ਸਾਡੇ ਵਿੱਚ ਨੇ ਇਕੱਠੇ ਹੋਣਾ ਤੇ ਇਕੱਠੇ ਹੋਣ ਤੋਂ ਬਾਅਦ ਅਣਜ ਲਈ ਲੜਨਾ ਇਹਨਾਂ ਦੋ ਚੀਜ਼ਾਂ ਨੂੰ ਇਤਿਹਾਸ ਦੇ ਦੋ ਵਰਤਾਰਿਆਂ ਤੋਂ ਸਮਝਣਾ ਪਵੇਗਾ ਦੁਆਬੇ ਦਾ ਹਾਕਮ ਅਦੀਨਾ ਬੇਗ ਜਦੋਂ ਸਿੱਖਾਂ ਦੀ ਚੜ੍ਹਤ ਨੂੰ ਵੇਖਦਾ ਹੈ ਤੇ ਸਿੱਖਾਂ ਦੇ ਜਰਨੈਲਾਂ ਨੂੰ ਸੱਦਾ ਦਿੰਦਾ ਹੈ ਇਕੱਲੇ ਇਕੱਲੇ ਨੂੰ ਕੱਢ ਕੇ ਕਿ ਮੇਰੇ ਨਾਲ ਆ ਕੇ ਗੱਲਬਾਤ ਕਰੋ ਅਸੀਂ ਪੰਜਾਬ ਦੀ ਧਰਾਤਲ ਦੇ ਉੱਪਰ ਇੱਕ ਰਾਜ ਸੀ ਜਿਹੜਾ ਇੱਕ ਅਲਾਇੰਸ ਕਾਇਮ ਕਰਕੇ ਸਾਂਝੇ ਰਾਜ ਦੀ ਗੱਲ ਕਰੀਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਥੋੜੇ ਡਿਪਲੋਮੈਟਿਕ ਸੁਭਾਅ ਦੇ ਸੀ ਉਹ ਜਾਂਦੇ ਨੇ ਗੱਲਬਾਤ ਕਰਦੇ ਨੇ ਭਾਵੇਂ ਉਹਨਾਂ ਦਾ ਇੱਕ ਭਰਾ ਸਰਦਾਰ ਤਾਰਾ ਸਿੰਘ ਨਹੀਂ ਜਾਂਦਾ ਉਹ ਦਲ ਖਾਲਸਾ ਦੇ ਰਹਿੰਦੇ ਨੇ ਔਰ ਉਹ ਜਿਹੜੇ ਸਰਦਾਰ ਜੱਸਾ ਸਿੰਘ ਰਾਮਗੜੀਆ ਖੁਸ਼ਹਾਲ ਸਿੰਘ ਤੇ ਭਾਈ ਬਾਲੀ ਸਿੰਘ ਅਦੀਨਾ ਬੇਗ ਦੇ ਨਾਲ ਇੱਕ ਪੋਲੀਟੀਕਲ ਅਲਾਇੰਸ ਕਰਦੇ ਔਰ ਉਸ ਨੂੰ ਸਮਝਣਾ ਪਵੇਗਾ ਉਹ ਉਸ ਵੇਲੇ ਦੀ ਸਿੱਖ ਨੀਤੀ ਹੈ
ਇਹਨੂੰ ਦੁਸ਼ਮਣ ਦੇ ਨਾਲ ਮਿਲਣਾ ਨਹੀਂ ਕਵਾਂਗੇ, ਇਹਨੂੰ ਇਹ ਵੇਖਾਂ ਕਿ ਉਹਨਾਂ ਸਮਿਆਂ ਦੇ ਵਿੱਚ ਅਸੀਂ ਆਪਣੇ ਰਾਜ ਦੀ ਸਥਾਪਨਾ ਦੇ ਵਾਸਤੇ ਕਿਵੇਂ ਦੀ ਨੀਤੀ ਦੇ ਨਾਲ ਅੱਗੇ ਵਧਣਾ। ਉਹੀ ਵੀਰ ਮਤਲਬ ਜਿਹੜਾ ਜਿਹਨੂੰ ਅੱਜ ਅਸੀਂ ਕਿਸੇ ਜ਼ਬਰ ਦੀ ਉਦਾਹਰਨ ਦੇਣੀ ਹੋਵੇ ਤਾਂ ਅਸੀਂ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਟਦਾ ਅਸੀਂ ਦੂਰ ਸਵਾਏ ਹੋਏ। ਪਰ ਉਹੀ ਵੀਰ ਮਨੂ ਹੈ ਜਦੋਂ ਉਹਦੇ ਤੇ ਅਹਿਮਦ ਸ਼ਾਹ ਅਬਦਾਲੀ ਹਮਲਾਵਰ ਹੋ ਕੇ ਆਉਂਦਾ ਤਾਂ ਸਿੱਖ ਫੌਜਾਂ ਵੀਰ ਮਨੂ ਦੀ ਮਦਦ ਕਰਦੀਆਂ। ਸੋ ਹਾਲਾਤ ਦੇ ਵਿੱਚ ਬਹੁਤ ਸਾਰੇ ਕੂਟਨੀਤਿਕ ਫੈਸਲੇ ਲੈਣੇ ਪੈਂਦੇ ਨੇ ਜਦੋਂ ਤੁਹਾਡਾ ਨਿਸ਼ਾਨਾ ਰਾਜ ਸੱਤਾ ਦੇ ਉੱਪਰ ਕਾਬਜ਼ ਹੋਣਾ ਹੋਵੇ, ਤੇ ਖਾਸ ਕਰਕੇ ਉਸ ਖਿੱਤੇ ਦੇ ਵਿੱਚ ਇਤਿਹਾਸਕ ਵਰਤਾਰੇ ਵਾਪਰ ਰਹੇ ਹੋ। ਹੋਇਆ ਕਿ ਰਾਮ ਰੌਣੀ ਦੇ ਕਿਲ੍ਹੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਘੇਰਾ ਪਾ ਦਿੰਦਾ ਹੈ ਅਧੀਨਾ ਦੇ ਆਪਣੀ ਫੌਜ ਦੇ ਨਾਲ। ਇਹ ਘੇਰਾ ਕੁਛ ਦਿਨ ਰਿਹਾ ਤੇ ਘੇਰਾ ਪਾਉਣ ਵਾਲੀ ਫੌਜ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮ ਗੜੀਆ, ਜਿਸ ਨੂੰ ਘੇਰਾ ਪਿਆ ਹੈ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹ ਸਿੰਘ, ਸਰਦਾਰ ਹਰੀ ਸਿੰਘ ਤੇ ਹੋਰ ਸਿੰਘ, ਤੇ ਘੇਰਾ ਪਾਉਣ ਵਾਲੀ ਫੌਜ ਦੇ ਵਿੱਚ ਦੀਵਾਨ ਗੌੜਾ ਮਹਿਲ, ਅਧੀਨਾ ਬੈਂਕ ਦੇ ਸਰਦਾਰ ਜੱਸਾ ਸਿੰਘ ਰਾਮ ਗੜੀਆ। ਇਹ ਕੁਛ ਦਿਨ ਘੇਰਾ ਪਿਆ ਰਿਹਾ। ਅਖੀਰ ਅੰਦਰਲੇ ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਇੱਕ ਫੈਸਲਾ ਲੈਂਦੇ ਨੇ ਕਿ ਅੱਜ ਰਾਤ ਨੂੰ ਅਸੀਂ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਕੇ ਸਿੱਧਾ ਦੁਸ਼ਮਣ ਦੀ ਹਿੱਕ ਦੇ ਵਿੱਚ ਵੱਜਣਾ ਹੈ, ਜਿੰਨੇ ਨਿਕਲ ਜਾਵਾਂਗੇ ਨਿਕਲ ਜਾਵਾਂਗੇ, ਜਿਹੜੇ ਨਹੀਂ ਨਿਕਲ ਸਕਣਗੇ ਸ਼ਹਾਦਤਾਂ ਪ੍ਰਾਪਤ ਕਰਦੇ। ਇੱਕ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਤਾਈਆਂ ਤੋਂ ਪੇਟ ਗੁੱਝੇ ਨਹੀਂ ਹੁੰਦੇ। ਜਦੋਂ ਅੰਦਰੋਂ ਸਿੰਘਾਂ ਨੇ ਅਰਦਾਸ ਕਰਕੇ ਇਹ ਜਕਾਰਾ ਛੱਡਿਆ ਹੋਇਆ ਤੇ ਉਸ ਜਕਾਰੇ ਦੇ ਭਾਵਅਰਥ ਅਧੀਨਾ ਦੇਖ ਨਹੀਂ ਸਮਝਦਾ ਜੱਸਾ ਸਿੰਘ ਰਾਮ ਗੜੀਆ ਸਮਝਦਾ। ਜੱਸਾ ਸਿੰਘ ਰਾਮ ਗੜੀਆ ਸਮਝ ਗਿਆ ਕਿ ਰਾਤ ਨੂੰ ਅਰਦਾਸ ਤੋਂ ਬਾਅਦ ਜਿਹੜਾ ਇਹ ਜਕਾਰਾ ਛੱਡਿਆ ਗਿਆ ਇਹਦਾ ਮਤਲਬ ਜਿਹੜਾ ਨਾ ਇੱਕ ਹੋਰ ਹੈ। ਫਿਰ ਉਹ ਕੀ ਕਰਦਾ ਹੈ, ਜੱਸਾ ਸਿੰਘ ਨੇ ਲਿਖ ਅਰਦਾਸ ਤੀਰ ਬੰਨ ਭੇਜੀ ਸਿੰਘ ਨਿਵਾਸ। ਜੱਸਾ ਸਿੰਘ ਇੱਕ ਚਿੱਠੀ ਲਿਖਦਾ, ਉਹ ਚਿੱਠੀ ਆਪਣੇ ਤੀਰ ਦੇ ਨਾਲ ਬੰਨਦਾ ਤੇ ਆਪਣੀ ਕਮਾਨ ਦੇ ਵਿੱਚ ਤੀਰ ਚਲਾ ਕੇ ਉਹ ਕਿਲ੍ਹੇ ਵੱਲ ਨੂੰ ਛੱਡਦਾ। ਉਸ ਚਿੱਠੀ ਦੇ ਉੱਪਰ ਲਿਖਿਆ ਕਿ ਖਾਲਸਾ ਜੀ, ਕੂਟਨੀਤਿਕ ਵਰਤਾਰਿਆਂ ਦੇ ਵਿੱਚ ਤੁਸੀਂ ਤੇ ਮੈਂ ਵਿਰੋਧ ਦੇ ਵਿੱਚ ਖੜੇ ਸੀ, ਪਰ ਜੇ ਫੈਸਲਾ ਹੁਣ ਸ਼ਹਾਦਤ ਦਾ ਲੈ ਲਿਆ ਤੇ ਕਿਲ੍ਹੇ ਦਾ ਦਰਵਾਜ਼ਾ ਖੋਲ ਦਿਓ, ਇਸ ਮੌਕੇ ਮੈਂ ਤੁਹਾਡੇ ਨਾਲ ਹਾਂ। ਇਹ ਸਾਡਾ ਉਹ ਪੱਟ ਸੀ ਜਿਹੜਾ ਇੱਥੋਂ ਪੈਦਾ ਹੋਇਆ ਸੀ, ਹੋਏ ਇਕੱਤਰ ਮਿਲੋ ਮੇਰੇ ਪਰ ਦੁਰਦਰ ਦੂਰ ਕਰੋ ਲਿਬਲਾਈ, ਜਿੱਥੋਂ ਸਾਡੇ ਰਾਜ ਦਾ ਸੰਕਲਪ ਜਿਹੜਾ ਮੂਰਤੀ ਮਾਨ ਹੁੰਦਾ ਕਿ ਅਸੀਂ ਆਪਣੇ ਛੋਟੇ ਮੋਟੇ ਮਤ ਭੇਦ ਛੱਡ ਕੇ ਸ਼ਹਾਦਤ ਤੋਂ ਲੈ ਕੇ ਇਬਾਦਤ ਤੱਕ ਦੇ ਦਾਇਰੇ ਦੇ ਵਿੱਚ ਇਕੱਠੇ ਹੋ ਜਾਂਦੇ ਸੀ, ਅੱਜ ਸਾਡੇ ਤੇ ਉਹ ਖਤਮ ਹੋ ਗਿਆ। ਦੂਸਰਾ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੰਦਾ ਕਿਛ ਪਾਇਆ। 5 ਫਰਵਰੀ 1762 ਵੱਡਾ ਘੱਲੂਘਰ, ਦੁਨੀਆਂ ਦੇ ਇਤਿਹਾਸ ਦੇ ਵਿੱਚ ਉਹ ਕਤਲੇਆਮ ਜਿਸ ਦਿਨ ਇੱਕ ਖਿੱਤੇ ਦੇ ਵਿੱਚ ਵਸਣ ਵਾਲੀ ਘੱਟ ਗਿਣਤੀ ਕੌਮ ਦਾ ਸਭ ਤੋਂ ਵੱਡਾ ਕਤਲੇਆਮ ਹੋਇਆ। ਇਤਿਹਾਸਕਾਰਾਂ ਦੀ ਰਾਏ ਵੱਖ ਵੱਖ ਹੈ। ਵੱਖ ਵੱਖ ਰਾਏ ਦੇ ਮੁਤਾਬਕ ਮੰਨਿਆ ਜਾਂਦਾ ਹੈ ਕਿ 30,000 ਤੋਂ ਲੈ ਕੇ 50,000 ਸਿੱਖ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ। ਲੜਨ ਵਾਲਾ ਅਹਿਮਦ ਸ਼ਾਹ ਅਬਦਾਲੀ, ਮੁਰਤਜ਼ਾ ਖਾਨ ਵੜੈਚ, ਤੈਮਾਸਿਫ ਖਾਨ, ਕਾਸਿਮ ਅਲੀ, ਕਾਸਿਮ ਖਾਨ, ਲਕਸ਼ਮੀ ਨਾਰਾਇਣ, ਇਹ ਸਾਰੇ ਜਰਨੈਲ ਮੰਨੇ ਪਰਮੰਨੇ ਜਰਨੈਲ ਨੇ। ਦੂਸਰੇ ਬੰਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ, ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਮੀਤ ਸਿੰਘ ਡੱਲੇਵਾਲੀਆ, ਬਾਬਾ ਸ਼ਾਮ ਸਿੰਘ ਨਾਰਦੀ ਵਾਲੇ, ਇਹ ਸਾਰੇ ਇੱਕ ਪਾਸੇ। ਉਸ ਭੱਜੇ ਹੋਏ ਮੈਦਾਨੇ ਜੰਗ ਦੇ ਵਿੱਚ ਇੱਕ ਵਰਤਾਰਾ ਵਾਪਰਦਾ। ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣਾ ਘੋੜਾ ਲੜਾ ਕੇ, ਇਸਦਾ ਜ਼ਿਕਰ ਤਵਾਰੀ ਗੁਰੂ ਖਾਲਸਾ ਦੇ ਗਿਆਨੀ ਗਿਆਨ ਸਿੰਘ ਨੇ ਬਾਪੂ ਵੀ ਕੀਤਾ, ਉਹ ਆਪਣੇ ਘੋੜੇ ਨੂੰ ਛੇੜ ਕੇ ਸਿੱਧਾ ਅਬਦਾਲੀ ਦੇ ਦਲਾਂ ਵਿੱਚ ਲੈ ਜਾਂਦੇ ਤੇ ਵੰਗਾਰ ਕੇ ਕਹਿੰਦੇ ਨੇ, ਕਹਿੰਦੇ ਨੇ ਉਹ ਅਹਿਮਦ ਸ਼ਾਹ ਅਬਦਾਲੀ, ਤੇਰੇ ਟੁਕੜਿਆਂ ਦੇ ਫਨ ਵਾਲੇ ਇਤਿਹਾਸਕਾਰ ਤਾਂ ਤੈਨੂੰ ਤਾਰੀਖ ਦੇ ਵਿੱਚ ਇਸਲਾਮ ਦਾ ਗਾਜ਼ੀ ਕਹਿਣਗੇ, ਪਰ ਮੈਂ ਤੈਨੂੰ ਕਾਜ਼ੀ ਕਹਿੰਦਾ ਕਿ ਤੂੰ ਮੈਦਾਨੇ ਜੰਗ ਦੇ ਵਿੱਚ ਜੂਝਣਾ ਤੇ ਮਰਦਾ ਵਾਂਗੂ ਮੇਰੇ ਸਾਹਮਣੇ। ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਅਹਿਮਦ ਸ਼ਾਹ ਅਬਦਾਲੀ ਉਸ ਤੋਂ ਬਾਅਦ ਮਲੇਰਕੋਟ ਤੇ ਜਾ ਕੇ ਬੈਠ ਗਏ, ਉਹਦੇ ਜਰਨੈਲ ਲੜਦੇ ਰਹੇ ਨੇ। ਅਹਿਮਦ ਸ਼ਾਹ ਅਬਦਾਲੀ ਨੇ ਬਾਅਦ ਵਿੱਚ ਸਿੱਖਾਂ ਦੇ ਸਾਹਮਣੇ ਹੋ ਕੇ ਲੜਨ ਦਾ ਹੌਸਲਾ ਨਹੀਂ, ਪਰ ਉਸ ਇੱਕ ਵਰਤਾਰਾ ਵਾਪਰਿਆ। ਇਹ ਜਿਹੜੀ ਜੰਗ ਹੈ ਸਵੇਰੇ ਅੰਮ੍ਰਿਤ ਵੇਲੇ ਸ਼ੁਰੂ ਹੋ ਗਈ ਸੀ, ਕੁੱਪਰ ਹੀੜਾ, ਕੁੱਤਾ ਬਾਂਬੜੀਆਂ ਤੇ ਗਹਿਲਾ ਪਿੰਡ ਤੱਕ ਪਹੁੰਚਦੇ ਹਨ। ਸਿੰਘਾਂ ਦੇ ਘੋੜੇ ਥੱਕ ਚੁੱਕੇ ਸੀ, ਅਕਸਰ ਜਾਨਵਰ ਨੇ ਨਾ ਪਾਣੀ ਮਿਲਿਆ ਨਾ ਦਾਣਾ ਮਿਲਿਆ। ਅੰਮ੍ਰਿਤ ਵੇਲੇ ਦੀ ਸਵੇਰੇ 4 ਵਜੇ ਹਮਲਾ ਸ਼ੁਰੂ ਹੋ ਗਿਆ। ਦੁਪਹਿਰ ਤੋਂ ਬਾਅਦ ਦਾ ਸਮਾਂ ਆ ਗਿਆ। ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਘੋੜਾ ਥੱਕ ਕੇ ਖਲੋ ਗਿਆ। ਉਹਦਾ ਅੰਗ ਪਾਲ ਸੀ ਸਰਦਾਰ ਗੁਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਨੇ ਆਪਣੀ ਕਿਰਪਾਨ ਦੇ ਮਿਆਨ ਦੇ ਨਾਲ ਘੋੜੇ ਨੂੰ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਕਿ ਕਿਤੇ ਇਹ ਨਾ ਹੋਵੇ ਇਸ ਪੱਖੇ ਦੇ ਮੈਦਾਨੇ ਜੰਗ ਦੇ ਵਿੱਚ ਕੌਮ ਦਾ ਜ਼ਰਨੈਲ ਸ਼ਹੀਦ ਹੋ ਜਾਵੇ ਤੇ ਕੌਮ ਦੇ ਪੈਰ ਮਿਲ ਜਾਣ। ਜਦੋਂ ਉਹਨੇ ਘੋੜੇ ਨੂੰ ਹਟਾਉਣਾ ਚਾਹਿਆ ਤੇ ਜੱਸਾ ਸਿੰਘ ਨੇ ਅੱਗੇ ਹੱਥ ਕਰ ਦਿੱਤਾ, ਜਿਸ ਦਾ ਜ਼ਿਕਰ ਪੰਥ ਪ੍ਰਕਾਸ਼ ਚੰਦਰ। ਉਹ ਕਹਿੰਦੇ, ਵੇਖੀ ਗੁਰਮੁਖ ਸਿੰਘ, ਇਸ ਪੱਖੇ ਦੇ ਮੈਦਾਨੇ ਜੰਗ ਦੇ ਵਿੱਚੋਂ ਮੇਰੇ ਘੋੜੇ ਨੂੰ ਬਾਹਰ ਨਾ ਕੱਢੀ। ਸਿੰਘ ਸੁਣੇ ਹਮਕੋ ਕਰੇ ਠੱਠਾ, ਇਹ ਹੈ ਜੇ ਜੀਵੇ ਪੱਗ ਲੱਗੀ ਜਾਏ। ਸਿੰਘ ਸੁਣੇ ਹਮਕੋ ਕਰੇ ਠੱਠਾ, ਘੋੜਾ ਘੁਲਾਏ ਜੱਸਾ ਸਿੰਘ ਰੱਖਾ,
ਕਿਆ ਬੁਕਲਾਏ ਬੈਠੇ ਦੀਵਾਨ ਕਰੇ ਸਿੱਖ ਮਸ਼ਕਰੀ ਆਨ ਪੰਥਨ ਤੋਂ ਪਾਤਸ਼ਾਹ ਬਣਾਇਓ ਤੂੰ ਚਾਹਤ ਗੀਤੀ ਖਾਇਓ ਵੇਖੀ ਗੁਰਮਖਸਿਆ ਇਸ ਘੇਰੇ ਦੇ ਵਿੱਚੋਂ ਮੇਰੇ ਘੋੜੇ ਨੂੰ ਬਾਹਰ ਨਾ ਕੱਢੀ ਮੈਂ ਡਰ ਕੇ ਬਾਹਰ ਨਿਕਲੂੰਗਾ ਜੇ ਕਿਤੇ ਤੂੰ ਮੇਰਾ ਘੋੜਾ ਬਾਹਰ ਕੱਢ ਦਿੱਤਾ ਤਾਂ ਇਸ ਪੰਥ ਦੇ ਸਾਹਮਣੇ ਮੈਂ ਕਿਵੇਂ ਅੱਖੀਆਂ ਉੱਚੀਆਂ ਕਰਕੇ ਜਾਵਾਂਗਾ ਕਿ ਤੁਸੀਂ ਮੈਨੂੰ ਕੌਮ ਦਾ ਸੁਲਤਾਨ ਨਾਲ ਕੌਮ ਬਣਾਇਆ ਇਹ ਸੀ ਸਾਡੇ ਉਹ ਦੋ ਸੰਕਲਪ ਗੈਰਤ ਹੁਣ ਜ਼ਰਤ ਬਹਾਦਰੀ ਸਬਰ ਦਲੇਰੀ ਤੇ ਦ੍ਰਿੜਤਾ ਤੇ ਇਹਦੇ ਤੋਂ ਇਲਾਵਾ ਸਾਡੀ ਏਕਤਾ ਜਿਹਦੇ ਵਿੱਚੋਂ ਸਾਡਾ ਰਾਜ ਪੈਦਾ ਹੁੰਦਾ ਹੈ ਫਿਰ ਉਸ ਰਾਜ ਨੂੰ ਸਾਡਾ ਦੁਸ਼ਮਣ ਪ੍ਰਭਾਸ਼ਿਤ ਕਿਵੇਂ ਕਰਦਾ ਇਹ ਵੀ ਇੱਕ ਗੱਲ ਵੇਖਣੀ ਪਵੇਗੀ ਕਿ ਉਸ ਰਾਜ ਨੂੰ ਸਾਡਾ ਦੁਸ਼ਮਣ ਕਿਵੇਂ ਪ੍ਰਭਾਸ਼ਿਤ ਕਰਦਾ ਹੈ ਉਹ ਦੋ ਰੂਪਾਂ 'ਚ ਕਰਦਾ ਹੈ ਉਹ ਸਾਨੂੰ ਜੰਗ ਦੇ ਵਿੱਚ ਕਿਵੇਂ ਵੇਖਦਾ ਹੈ ਤੇ ਉਹ ਸਾਨੂੰ ਜੰਗ ਤੋਂ ਬਾਅਦ ਰਾਜ ਕਰਦੇ ਹੋਏ ਕਿਵੇਂ ਵੇਖਦਾ ਉਹ ਜਦੋਂ ਸਾਨੂੰ ਜੰਗ ਦੇ ਵਿੱਚ ਵੇਖਦਾ ਹੈ ਤਾਂ ਇਹਦੇ ਵਾਸਤੇ ਅਸੀਂ ਇੱਕ ਦੁਸ਼ਮਣ ਦੀ ਮਿਸਾਲ ਦੇਵਾਂਗੇ ਜਦੋਂ ਅਹਿਮਦ ਸ਼ਾਹ ਅਫਗਾਨੀ ਤੁਰਦਾ ਹੈ ਉੱਥੋਂ ਕਾਬਲ ਦੇ ਨੇੜੇ ਤੋਂ ਰਸਤੇ ਵਿੱਚ ਪਾਕਿਸਤਾਨ ਦਾ ਇੱਕ ਸ਼ਹਿਰ ਪੈਂਦਾ ਹੈ ਕਲਾਤ ਕਲਾਤ ਦਾ ਇੱਕ ਜ਼ਰਨੈਲ ਹੈ ਨਾਸਰ ਖਾਨ ਤੇ ਅਹਿਮਦ ਸ਼ਾਹ ਅਫਗਾਨੀ ਨਾਸਰ ਖਾਨ ਨੂੰ ਕਹਿੰਦਾ ਨਾਸਰ ਖਾਨ ਜ਼ਹਾਰ ਦੇ ਨਾਮ ਦੇ ਉੱਪਰ ਪਠਾਣਾ ਨੂੰ ਇਕੱਠਿਆ ਕਰ ਪਠਾਣਾ ਦੀਆਂ ਚ ਵੀ ਮੁਖੀਆਂ ਸੀ ਉਸ ਇਲਾਕੇ ਦੇ ਵਿੱਚ ਅਹਿਮਦ ਸ਼ਾਹ ਅਫਗਾਨੀ ਦੀ ਜਿਹੜੀ ਮਾਂ ਹੈ ਉਹ ਅਲਗੋ ਜਈ ਸੀ ਇਹਦਾ ਬਾਪ ਜਿਹੜਾ ਸੀ ਸਿੱਧੂ ਜਈ ਸੀ ਇਸੇ ਤਰ੍ਹਾਂ ਮੁਹੰਮਦ ਜਈ ਯੂਸਫ ਜਈ ਇਹਨਾਂ ਦੀਆਂ ਚਿਵੀ ਮੁਖੀਆਂ ਨੇ ਪਠਾਣਾ ਦੀਆਂ ਸਾਰਿਆਂ ਨੂੰ ਸੁਨੇਹੇ ਦਿੱਤੇ ਜਾਂਦੇ ਨੇ ਕਿ ਅੱਜ ਉਹ ਜੰਗ ਲੜਨੀ ਹੈ ਜਹਾਦ ਦੇ ਨਾਮ ਦੇ ਉੱਪਰ ਜਿਹਦੇ ਵਿੱਚ ਇੱਕ ਕੌਮ ਨੂੰ ਖਤਮ ਕਰਨਾ ਹੈ ਜਿਹਦਾ ਨਾਮ ਤਾਂ ਤਾਰੀਖ 'ਚ ਰਹੇਗਾ ਨਿਸ਼ਾਨ ਨਹੀਂ ਨਾਸਰ ਖਾਨ ਜਦੋਂ ਕਲਾਤ ਤੋਂ ਤੁਰਦਾ ਹੈ ਆਪਣੇ ਉਸਤਾਦ ਨੂਰ ਮੁਹੰਮਦ ਨੂੰ ਕਹਿੰਦਾ ਉਸਤਾਦ ਜੀ ਮੇਰੇ ਨਾਲ ਚੱਲੋ ਇਸ ਜੰਗ ਨੂੰ ਵੇਖਣਾ ਤੇ ਇਸ ਜੰਗ ਨੂੰ ਲਿਖਣਾ ਤਾਰੀਖ ਦੇ ਵਿੱਚ ਇੱਕ ਪੰਨਾ ਜਿਹੜਾ ਉਹ ਇਤਿਹਾਸ ਦੇ ਵਿੱਚ ਆਪਣੀ ਵਿਸ਼ੇਸ਼ ਥਾਂ ਰੱਖੇਗਾ ਕਿ ਇੱਕ ਕੌਮ ਜਿਹੜੀ ਖਤਮ ਕੀਤੀ ਸੀ ਪਠਾਣਾ ਦੀ ਨੂਰ ਮੁਹੰਮਦ ਨਾਲ ਆਇਆ ਉਸਨੇ ਵੈਰਮਾਨ ਤੋਂ ਲੈ ਕੇ ਮਲੇਰਕੋਟਲੇ ਤੱਕ ਤੇ ਵਾਪਸੀ ਦੇ ਉੱਪਰ ਰੋਹਤਕ ਤੋਂ ਲੈ ਕੇ ਤੇ ਸਿਆਲਕੋਟ ਤੱਕ ਜਿਹੜੀਆਂ ਸਿੱਖਾਂ ਦੀਆਂ ਤੇ ਅਹਿਮਦ ਸ਼ਾਹ ਅਫਗਾਨੀ ਦੀਆਂ ਝੜਪਾਂ ਹੁੰਦੀਆਂ ਨੇ ਸਾਰੀਆਂ ਵੇਖੀਆਂ ਫਿਰ ਉਹ ਫਾਰਸੀ ਨੇ ਇੱਕ ਕਿਤਾਬ ਲਿਖਦਾ ਜਿਸਦਾ ਨਾਮ ਹੈ ਜੰਗ ਨਾਮਾ ਕਾਜ਼ੀ ਉਹ ਸਾਰੀ ਰਚਨਾ ਵਿੱਚ ਸਿੱਖਾਂ ਨੂੰ ਕੁੱਤੇ ਲਿਖਦਾ ਹਰ ਜਗ੍ਹਾ ਤੇ ਸਾਡੇ ਵਾਸਤੇ ਸ਼ਬਦ ਵਰਦਾ ਸੱਗ ਫਾਰਸੀ 'ਚ ਕਿਹਾ ਜਾਂਦਾ ਕੁੱਤੇ ਅਖੀਰ 'ਤੇ ਜਾ ਕੇ ਉਹ ਇੱਕ ਚੈਪਟਰ ਲਿਖਦਾ ਹੈ ਵਸਤ ਤੇ ਸਗਾਂ ਕੁੱਤਿਆਂ ਦੀ ਤਾਰੀਫ ਉਹ ਸ਼ੁਰੂ ਪਤਾ ਕਿੱਥੋਂ ਕਰਦਾ ਹੈ ਇੱਕ ਮਦਰਸੇ 'ਚ ਬੈਠਾ ਮੁਸਲਮਾਨ ਬੱਚਿਆਂ ਨੂੰ ਪੜ੍ਹਾ ਰਿਹਾ ਤੇ ਸ਼ੁਰੂ ਕਰਦਾ ਹੈ ਉਹ ਕਹਿੰਦਾ ਮੁਸਲਮਾਨਾਂ ਦੇ ਉਹ ਬੱਚੇ ਜਿਹੜੀ ਗੱਲ ਤੁਹਾਡੇ ਨਾਲ ਮੈਂ ਅੱਜ ਕਰਨ ਲੱਗਿਆ ਜੇ ਮੇਰੇ 'ਤੇ ਨਾ ਯਕੀਨ ਹੋਵੇ ਤਾਂ ਕਲਾਤ ਸ਼ਹਿਰ ਦੇ ਵਿੱਚ ਅਜੇ 300 ਪਠਾਣ ਜਿਉਂਦਾ ਜਿਹੜਾ ਸਿੱਖਾਂ ਨੂੰ ਕੁੱਟ ਖਾ ਗਿਆ ਮੇਰੀ ਗੱਲ 'ਤੇ ਨਾ ਯਕੀਨ ਹੋਵੇ ਤਾਂ ਜਿੰਦੇ ਪਠਾਣਾਂ ਨੂੰ ਪੁੱਛ ਲੈ ਜਿਹੜੇ ਸਿੱਖਾਂ ਦੇ ਕੋਲੋਂ ਕੁੱਟ ਖਾ ਕੇ ਆਏ ਨੇ ਕਹਿੰਦਾ ਮੇਰੇ ਮਨ ਦੇ ਵਿੱਚ ਉਹਨਾਂ ਪ੍ਰਤੀ ਨਫ਼ਰਤ ਹੈ ਉਸ ਨਫ਼ਰਤ ਦੇ ਵਿੱਚੋਂ ਮੈਂ ਉਹਨਾਂ ਨੂੰ ਕੁੱਤੇ ਲਿਖਦਾ ਪਰ ਅਸਲੀਅਤ ਕੀ ਹੈ ਫਿਰ ਉਹ ਸ਼ੇਰ ਲਿਖਣੀ ਕਰਦਾ ਕਹਿੰਦਾ ਸਗਾ ਰਾਹ ਮਗੋ ਸਾਖੇ ਬਸਤੰਦ ਸ਼ੇਰ ਬਾ ਮਾਦਾਨ ਨੇ ਮਰਦਾਂ ਦੇ ਸ਼ੇਰਾਂ ਦੇ ਵਿੱਚ ਕਹਿੰਦਾ ਮਜ਼ਹਬੀ ਨਫ਼ਰਤ ਕਰਕੇ ਮੈਂ ਸਿੱਖਾਂ ਨੂੰ ਕੁੱਤੇ ਆਖਦਾ ਹੈ ਪਰ ਸਹੀ ਅਰਥਾਂ ਦੇ ਵਿੱਚ ਜਦੋਂ ਇਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਲੜਦੇ ਵੇਖ ਲਈਦਾ ਤਾਂ ਇਹ ਸ਼ੇਰਾਂ ਤੋਂ ਵੀ ਕਿਤੇ ਵੱਧ ਦਿੰਦੇ ਆ ਫਿਰ ਕਹਿੰਦਾ ਇਹਨਾਂ ਦੀ ਦਲੇਰੀ ਦਾ ਰਾਜ ਕਹਿੰਦਾ ਉਹ ਰਾਜ ਇਹ ਹੈ ਕਿ ਇਹਨਾਂ ਦੀ ਦਸਤਾਰ ਦੇ ਪਿੱਛੇ ਕਿਰਦਾਰ ਬੜਾ ਉੱਚਾ ਹੈ ਕਿ ਜਲ ਗਿਰ ਜਵਾਬ ਅਸਤਵਾ ਅਸਤਬੀਰ ਬਗੋ ਜੰਗ ਬੁੜੀਆ ਬਰੋ ਗੋਸ਼ਾ ਕੀ ਕਹਿੰਦਾ ਮੈਦਾਨੀ ਜੰਗ ਦੇ ਵਿੱਚ ਦੁਸ਼ਮਣ ਦੀ ਔਰਤ ਹਮ ਉਮਰ ਤੇ ਬਜ਼ੁਰਗ ਜਾਂ ਬੱਚੀ ਇਹਨਾਂ ਦੇ ਹੱਥ ਆ ਜਾਵੇ ਨਾ ਉਹਦੀ ਇੱਜ਼ਤ ਨੂੰ ਹੱਥ ਪਾਉਂਦੇ ਨੇ ਨਾ ਔਸਾਫ ਨੂੰ ਨਾ ਗਹਿਣੇ ਲੁੱਟਦੇ ਨੇ ਨਾ ਇੱਜ਼ਤ ਲੁੱਟਦੇ ਨੇ ਬੀਬੀ ਜੀ ਕਹਿ ਕੇ ਅੱਗੇ ਲੰਘ ਜਾਂਦੇ ਨੇ ਇਹ ਸਾਡਾ ਦੁਸ਼ਮਣ ਸਾਡੀ ਉਸ ਵਿਚਾਰਧਾਰਾ ਦੇ ਉੱਚੇ ਪੱਖ ਦੀ ਸਿਫਤ ਕਰਦਾ ਫਿਰ ਉਹ ਜਦੋਂ ਸਾਨੂੰ ਰਾਜ ਦੇ ਕਾਬਜ਼ ਵੇਖਦਾ ਤੇ ਜਿਹੜਾ ਦੋਸਤ ਮੁਹੰਮਦ ਖਾਨ ਦੇ ਪਰਿਵਾਰ ਦੇ ਵਿੱਚ ਅਜ਼ੀਮ ਖਾਨ ਹੋਇਆ ਇਹਦਾ ਇੱਕ ਵਜ਼ੀਰ ਸੀ ਮੁੱਲਾ ਰਸ਼ੀਦ ਮੁੱਲਾ ਰਸ਼ੀਦ ਚੰਗਾ ਕਵੀ ਵੀ ਸੀ ਉਹਨੇ ਕੁਛ ਕਵਿਤਾਵਾਂ ਵੀ ਲਿਖੀਆਂ ਉਹਦੀਆਂ ਕਵਿਤਾਵਾਂ ਦੀ ਫਾਰਸੀ ਦੇ ਇੱਕ ਕਾਪੀ ਮੇਰੀ ਲਾਇਬ੍ਰੇਰੀ ਦੇ ਵਿੱਚ ਪਈ ਹੈ ਉਹਨਾਂ ਕਵਿਤਾਵਾਂ ਦੇ ਵਿੱਚ ਉਹ ਰਾਜੇ ਦੇ ਨਾਲ ਕੁਛ ਸਵਾਲ ਜਵਾਬ ਕਰਦਾ ਇਹ ਸਵਾਲ ਜਵਾਬ ਉਦੋਂ ਹੋਇਆ ਜਦੋਂ ਮੁੱਲਾ ਰਸ਼ੀਦ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਗਰੂਆ ਨੂੰ ਮੈਦਾਨੀ ਜੰਗ 'ਚ ਲੜਦਾ ਵੇਖ ਚੁੱਕਾ ਸੀ ਮੁੱਲਾ ਰਸ਼ੀਦ ਨੂੰ ਤਾਂ ਰਾਜਾ ਇੱਕ ਸਵਾਲ ਪੁੱਛਦਾ ਹੈ ਕਹਿੰਦਾ ਮੁੱਲਾ ਰਸ਼ੀਦ ਤੂੰ ਸਿੱਖਾਂ ਦੇ ਨਾਲ ਜੰਗ ਲੜੀ ਹੈ ਤੇ ਉਸ ਜੰਗ ਲੜਨ ਤੋਂ ਬਾਅਦ ਕਹਿੰਦਾ ਤੂੰ ਨਮਾਜ਼ ਪੜ੍ਹ ਕੇ ਪ੍ਰਣ ਕੀਤਾ ਸੀ ਕਿ ਅੱਜ ਤੋਂ ਬਾਅਦ ਸਿੱਖਾਂ ਦੇ ਨਾਲ ਨਹੀਂ ਲੜਨਾ ਕਹਿੰਦਾ ਕਿਵੇਂ ਮੌਕਾ ਮਿਲੇ ਤੇ ਸਿੱਖਾਂ ਦੇ ਨਾਲ ਲੜੇਗਾ ਆਪਣਾ ਫੈਸਲਾ ਬਦਲ ਸਕਦਾ ਕਹਿੰਦਾ ਨਹੀਂ ਇੱਕ ਸ਼ਰਤ ਤੇ ਫੈਸਲਾ ਬਦਲ ਸਕਦਾ ਕਹਿੰਦਾ ਉਹ ਕਿਹੜੀ ਸ਼ਰਤ ਹੈ ਕਹਿੰਦਾ ਜੇ ਮੈਨੂੰ ਨੇਜਾ ਇੰਨਾ ਵੱਡਾ ਬਣਾ ਦਿਓ ਕਿ ਮੈਂ ਉਹ ਕਾਫੀਆਂ ਪਹਾੜੀਆਂ 'ਚ ਬੈਠਾ ਮਾਝੇ ਦੇ ਸਿੱਖਾਂ ਦੇ ਸੀਨੇ ਵਿੰਨ ਸਕਾਂ ਤੇ ਕਹਿੰਦਾ ਫਿਰ ਲੜ ਸਕਦਾ ਸਾਹਮਣੇ ਜਾ ਕੇ ਨਹੀਂ ਲੜ ਸਕਦਾ ਇਹ ਸਿੱਖਾਂ ਦਾ ਡਰ ਸੀ ਇਹ ਸਾਡੇ ਜਰਨੈਲਾਂ ਦਾ ਪੈਰ ਸੀ ਉਸ ਵੇਲੇ ਉਹ ਫਿਰ ਇੱਕ ਹੋਰ ਸਵਾਲ ਕਰਦਾ ਕਹਿੰਦਾ ਮੁਲਤਾਨ ਦਾ ਕਿਲ੍ਹਾ ਬੜਾ ਵਧੀਆ ਕਹਿੰਦਾ ਮੁਲਤਾਨ ਦਾ ਕਿਲ੍ਹਾ ਮੁਜ਼ੱਫਰ ਖਾਨ ਦੇ ਕੋਲੋਂ ਤੇ ਉਹਦੇ ਪੁੱਤਰ ਸਰਫਰਾਜ਼ ਖਾਨ ਤੇ ਜ਼ੁਲਫਕਾਰ ਅਲੀ ਦੇ ਕੋਲੋਂ ਕਹਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਗਿਆ ਤੇ ਜੇ ਇਹ ਕਿਤੇ ਕਿਲ੍ਹਾ ਕਾਬਲ ਦੇ ਵਿੱਚ ਹੁੰਦਾ ਨਾ ਤੇ ਇਸ ਕਿਲ੍ਹੇ ਦੇ ਉਹਨਾਂ ਕੋਈ ਵੇਖ ਨਾ ਸਕਦਾ ਤੇ ਕਹਿੰਦਾ ਬਾਦਸ਼ਾਹ ਸਲਾਮਤ ਮੁਲਤਾਨ ਦਾ ਕਿਲ੍ਹਾ ਕਾਬਲ ਲੈ
ਹੱਸ ਪਿਆ ਕਹਿੰਦਾ ਇਹ ਕਿਵੇਂ ਹੋ ਸਕਦਾ ਮਰਦਾਨ ਦਾ ਕਹਿੰਦਾ ਕਾਬਲ ਕਿਵੇਂ ਲੈ ਆਈਏ ਕਹਿੰਦਾ ਤੁਸੀਂ ਚਾਰ ਭਰਾ ਮੰਨੇ ਹੋਏ ਯੋਧੇ ਤੇ ਜਰਨੈਲ ਤੇ ਪਠਾਨ ਤੁਹਾਨੂੰ ਜਮਾਂ ਨੂੰ ਰੱਸਾ ਪਾ ਕੇ ਬੰਨ ਦਿੰਦੇ ਕਿਲੇ ਦੇ ਨਾਲ ਤੇ ਪਿੱਛੋਂ ਮੈਂ ਕਹਿ ਦੂੰਗਾ ਕਿ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਆ ਗਿਆ ਤੁਸੀਂ ਆਪੇ ਕਿਲਾ ਲੈ ਕੇ ਭੱਜ ਇਹ ਗੱਲ ਆਪਣੀ ਰਚਨਾ ਚੱਲੀ ਹੈ ਸੋ ਇੱਥੋਂ ਸਗੋਂ ਇਹ ਸਮਝਣਾ ਪਵੇਗਾ ਕਿ ਜਿਹੜਾ ਸਟੇਟਹੁੱਡ ਮਾਣਿਆ ਜਿਹੜਾ ਅਸੀਂ ਰਾਜ ਕਾਇਮ ਕੀਤਾ ਉਹਦੇ ਪਿੱਛੇ ਚੇਤਨਤਾ ਕਿਹੜੀ ਸੀ ਸਾਡੇ ਜਰਨੈਲਾਂ ਦਾ ਕਿਰਦਾਰ ਕਿੰਨਾ ਸੀ ਉਹਨਾਂ ਦਾ ਮਿਆਰ ਕਿਵੇਂ ਦਾ ਸੀ ਉਹਨਾਂ ਦੀ ਬਹਾਦਰੀ ਕਿਵੇਂ ਦੀ ਸੀ ਉਹਨਾਂ ਦਾ ਸਬਰ ਕਿਵੇਂ ਦਾ ਸੀ ਔਰ ਉਹ ਜਿਹੜਾ ਸਬਰ ਤੇ ਸਹੀ ਗਿਆ ਉਹ ਫਿਰ ਅੱਗੇ ਪੀੜ੍ਹੀ ਦਰ ਪੀੜ੍ਹੀ ਆਉਂਦਾ ਕਿਵੇਂ ਮੈਂ ਸਾਰੇ ਜਰਨੈਲਾਂ ਦੀ ਤੁਹਾਡੇ ਨਾਲ ਹਰੀ ਸਿੰਘ ਨਲਵੀ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਦੀ ਗੱਲ ਜ਼ਿਕਰ ਕਰਨੀ ਹੈ ਕਿਉਂਕਿ ਮੈਂ ਆਰੰਭ ਵਿੱਚ ਕਹੀ ਸੀ ਕਿ ਚੇਤਨਤਾ ਦੇ ਵਿੱਚੋਂ ਜਿਹੜੀ ਚੇਤਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਮਿਲੀ ਜਿਸ ਚੇਤਨਤਾ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਕਿ ਪਰ ਅਧੀਨ ਸੁਪਨੇ ਸੁੱਖ ਨਾਹੀ ਕਿ ਗੁਲਾਮੀ ਦੇ ਵਿੱਚ ਤੁਸੀਂ ਸੁਪਨੇ ਦੇ ਵਿੱਚ ਸੁੱਖ ਵੀ ਨਹੀਂ ਲੈ ਸਕਦੇ ਉਹਦੇ ਵਿੱਚੋਂ ਸਾਡੀ ਆਜ਼ਾਦ ਰਾਜਨੀਤਿਕ ਸੱਤਾ ਦੀ ਗੱਲ ਆਈ ਉਹ ਰਾਜਨੀਤਿਕ ਸੱਤਾ ਜਿਹੜੀ ਗੁਰਬਾਣੀ ਦੇ ਵਿੱਚ ਸੰਸਦੀ ਬੇਗਮਪੁਰਾ ਸਹਿਰ ਕੋ ਨਾ ਦੁੱਖ ਅੰਦੋਂ ਨਾ ਹੀ ਤੇ ਥਾਉ ਨਾ ਤਸਵੀਰ ਖਰਾਸ ਦਾ ਮਾਰਕ ਆਫ ਨਾ ਕਤਾ ਨਾ ਤਸ ਜਵਾਬ ਉਹ ਜਿਹੜਾ ਸਾਡਾ ਖਾਲਸਾ ਰਾਜ ਉਸ ਖਾਲਸਾ ਰਾਜ ਨੂੰ ਪ੍ਰਗਟ ਰੂਪ ਦੇ ਵਿੱਚ ਜੇ ਖਾਲਸਾ ਸਮਾਜ ਦੇ ਵਿੱਚ ਸੰਸਾਰ ਮੰਚ ਦੇ ਉੱਪਰ ਲੈ ਕੇ ਆਉਂਦਾ ਹੈ ਤਾਂ ਉਹਦੇ ਵਿੱਚ ਜਿਹੜੀ ਚੇਤਨਤਾ ਹੈ ਉਹ ਸ਼ਬਦ ਦੇ ਵਿੱਚੋਂ ਆਈ ਤੇ ਜਿਹੜੀਆਂ ਸਾਡੀਆਂ ਅਣਗਹਿਲੀਆਂ ਨੇ ਉਹ ਸਾਡੇ ਉਹ ਚੇਤਨ ਬਲ ਦੇ ਵਿੱਚ ਇਹਨਾਂ ਸਾਰੇ ਜਰਨੈਲਾਂ ਦੀ ਸ਼ਹਾਦਤ ਦੇ ਵਿੱਚ ਤੁਹਾਨੂੰ ਇੱਕ ਗੱਲ ਸਮਝਣੀ ਪਵੇ ਮੈਂ ਸਾਰਿਆਂ ਦੀ ਦਰਜਾ ਬਦਰਜਾ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਹੈ ਸੋ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਵਡੇਰਿਆਂ ਦੀ ਅੜਖ ਸਾਡੇ ਖੂਨ ਦੇ ਵਿੱਚ ਗਰਦਿਸ਼ ਕਿਵੇਂ ਕਰਦੀ ਹੈ ਕਿਵੇਂ ਪ੍ਰਭਾਵਿਤ ਹੁੰਦੀ ਹੈ ਤੁਸੀਂ ਸਰਦਾਰ ਹਰੀ ਸਿੰਘ ਨਲਵੀ ਦੀ ਸ਼ਹਾਦਤ ਦੇ ਬਾਰੇ ਪ੍ਰਸੰਗ ਸਰਵਣ ਕੀਤਾ ਹੈ ਦੋਸਤ ਮੁਹੰਮਦ ਖਾਨ ਜਿਹੜੇ ਪੰਜ ਭਰਾ ਲੜਨ ਵਾਸਤੇ ਆਏ ਸੀ ਹਰੀ ਸਿੰਘ ਨਲਵੀ ਦੇ ਨਾਲ ਇਹ ਗੱਲ ਵੱਖਰੀ ਹੈ ਮੈਂ ਅੱਗੇ ਗੱਲ ਸਾਂਝੀ ਕਰਦਾ ਕਿ ਡੋਗਰਿਆਂ ਦੀ ਬਹੁਤ ਵੱਡੀ ਭੂਮਿਕਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਚਿੱਠੀਆਂ ਬਹੁਤ ਆਖਿਰ ਦੇ ਵਿੱਚ ਦਿੱਤੀਆਂ ਗਈਆਂ ਜਦੋਂ ਜਮਰੌਜ ਦਾ ਕਿਲ੍ਹਾ ਉੱਥੇ ਨਲੂਆ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ ਇਹ ਜਿਹੜੇ ਸੁਨੇਹੇ ਸੀ ਮਕਸਰ ਨਾ ਬਚਾਏ ਗਏ ਪਰ ਬਹੁਤ ਤੱਥ ਨੇ ਜਿਹੜੇ ਆਪਾਂ ਸਾਹਮਣੇ ਕਰਨੇ ਨੇ ਪਰ ਇੱਕ ਤੱਥ ਜਿਹੜਾ ਬੜਾ ਅਹਿਮ ਹੈ ਪਾਕਿਸਤਾਨ ਗੁਜਰਾਂ ਵਾਲੇ ਦੇ ਵਿੱਚ ਜਿੱਥੇ ਹਰੀ ਸਿੰਘ ਨਲੂਏ ਦੇ ਪਰਿਵਾਰ ਦੀ ਰਹਾਇਸ਼ ਸੀ ਉੱਥੇ ਸਰਦਾਰ ਮਾਹ ਸਿੰਘ ਦੀ ਹਵੇਲੀ ਵੀ ਸੀ ਉੱਥੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਮਹਿਲ ਵੀ ਸੀ ਉਹਦੇ ਤੋਂ ਇਲਾਵਾ ਸਰਦਾਰ ਚੜ੍ਹ ਸਿੰਘ ਉਹਨਾਂ ਦੇ ਪਰਿਵਾਰ ਦੀ ਵੀ ਕੁਛ ਹਵੇਲੀਆਂ ਸੀ ਕਹਿਣ ਦਾ ਭਾਵ ਹੈ ਕਿ ਗੁਜਰਾਂ ਵਾਲੇ ਦੇ ਵਿੱਚ ਕਾਫੀ ਸਾਰੀ ਵਿਰਾਸਤ ਜਿਹੜੀ ਸਿੱਖਾਂ ਦੀ ਸੀ ਅੰਗਰੇਜ਼ਾਂ ਦਾ ਰਾਜ ਸੀ ਸਿੱਖ ਰਾਜ ਜਾ ਚੁੱਕਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਏ ਦਾ ਪੜਪੋਤਰਾ ਗੁਜਰਾਂ ਵਾਲੇ ਦੇ ਸਕੂਲ 'ਚ ਪੜ੍ਹਦਾ ਸੀ ਤੇ ਉੱਧਰ ਦੋਸਤ ਮੁਹੰਮਦ ਖਾਨ ਦਾ ਪੜਪੋਤਰਾ ਜਿਹੜਾ ਉਸ ਇਲਾਕੇ 'ਚ ਵੀ ਅੰਗਰੇਜ਼ ਕਾਬਜ ਹੋ ਚੁੱਕੇ ਨੇ ਗੁਜਰਾਂ ਵਾਲੇ ਦੇ ਵਿੱਚ ਆਉਂਦਾ ਅੰਗਰੇਜ਼ ਡਿਪਟੀ ਕਮਿਸ਼ਨਰ ਹੈ ਅੰਗਰੇਜ਼ ਡਿਪਟੀ ਕਮਿਸ਼ਨਰ ਨੂੰ ਕਹਿੰਦਾ ਕਿ ਮੈਂ ਇੱਥੇ ਸਿੱਖ ਰਾਜ ਦੀਆਂ ਇਮਾਰਤਾਂ ਵੇਖਣੀਆਂ ਚਾਹੁੰਦਾ ਉਹਨੂੰ ਸਾਰੀਆਂ ਇਮਾਰਤਾਂ ਵਿਖਾਉਂਦਾ ਹੈ ਤੇ ਗੱਲ ਚੱਲਦੀ ਹੈ ਦੋਸਤ ਮੁਹੰਮਦ ਖਾਨ ਦੀ ਗੱਲ ਚੱਲਦੀ ਹੈ ਮੁਜ਼ੱਫਰ ਖਾਨ ਦੀ ਗੱਲ ਚੱਲਦੀ ਹੈ ਸਰਫਰਾਜ਼ ਖਾਨ ਦੀ ਗੱਲ ਚੱਲਦੀ ਹੈ ਕੁਤਬਦੀਨ ਦੀ ਜਦੋਂ ਸਾਰੀਆਂ ਗੱਲਾਂ ਚੱਲਦੀਆਂ ਉਹਦੇ ਵਿੱਚ ਹਰੀ ਸਿੰਘ ਨਲੂਏ ਦਾ ਜ਼ਿਕਰ ਹੁੰਦਾ ਹੈ ਤੇ ਅੰਗਰੇਜ਼ ਡਿਪਟੀ ਕਮਿਸ਼ਨਰ ਨੂੰ ਕਹਿੰਦਾ ਕਹਿੰਦਾ ਕਿ ਹਰੀ ਸਿੰਘ ਨਲੂਏ ਦੇ ਪਰਿਵਾਰ ਦੇ ਵਿੱਚੋਂ ਭਰੀ ਹੈ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ ਉਹ ਕਹਿੰਦਾ ਕਿ ਉਹਦੇ ਪੁੱਤ ਜਵਾਹਰ ਸਿੰਘ ਦਾ ਪੋਤਰਾ ਜਿਹੜਾ ਉਹ ਕਰੀ ਕਹਿੰਦਾ ਕੀ ਕਰਦਾ ਕਹਿੰਦਾ ਸਕੂਲ ਦੇ ਵਿੱਚ ਅੱਠਵੀਂ ਕਲਾਸ ਦਾ ਵਿਦਿਆਰਥੀ ਕਹਿੰਦਾ ਮੈਂ ਮਿਲਣਾ ਚਾਹੁੰਦਾ ਸਕੂਲ ਦੇ ਵਿੱਚ ਗੁਜਰਾਂ ਵਾਲੇ ਦਾ ਡਿਪਟੀ ਕਮਿਸ਼ਨਰ ਇੱਕ ਬੱਗੀ ਭੇਜਦਾ ਆਪਣੇ ਇੱਕ ਸਹਾਇਕ ਨੂੰ ਭੇਜਦਾ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਜਾ ਕੇ ਮਿਲ ਕਿ ਕਾਬਲ ਦਾ ਜਿਹੜਾ ਬਾਲੀ ਕਾਬਲ ਹੈ ਉਹਦਾ ਪੜਪੋਤਰਾ ਹੈ ਤੇ ਹਰੀ ਸਿੰਘ ਨਲੂਏ ਦੇ ਪੜਪੋਤਰੇ ਨੂੰ ਮਿਲਣਾ ਚਾਹੁੰਦਾ ਉਸ ਪ੍ਰਿੰਸੀਪਲ ਦੇ ਆਫਿਸ ਦੇ ਵਿੱਚ ਹਰੀ ਸਿੰਘ ਨਲੂਏ ਦੇ ਪੜਪੋਤਰੇ ਨੂੰ ਬੁਲਾਇਆ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਬੱਗੀ ਦੇ ਵਿੱਚ ਬੈਠ ਤੇ ਤੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਣਾ ਉਹ ਕਹਿੰਦਾ ਪ੍ਰਿੰਸੀਪਲ ਸਾਹਿਬ ਕਿਉਂ ਕਾਹਦੇ ਕਰਕੇ ਮੈਨੂੰ ਦਫ਼ਤਰ ਜਾਣਾ ਪਵੇਗਾ ਉਹ ਕਹਿੰਦਾ ਕਿ ਨਹੀਂ ਡਿਪਟੀ ਕਮਿਸ਼ਨਰ ਦਾ ਹੁਕਮ ਹੈ ਕਿ ਤੈਨੂੰ ਬੱਗੀ ਦੇ ਵਿੱਚ ਬੈਠ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਣਾ ਕਹਿੰਦਾ ਜਿੰਨਾ ਚਿਰ ਖੂਨ ਸੀ ਹਰੀ ਸਿੰਘ ਨਲੂਏ ਵਾਲਾ ਜਿੰਨਾ ਚਿਰ ਦੱਸਦੇ ਨਹੀਂ ਵੀ ਕਾਰਨ ਕੀ ਉਹਨਾਂ ਚਿਰ ਮੈਂ ਨਹੀਂ ਜਾਣਦਾ ਉਹ ਦੁਬਾਰਾ ਸੁਨੇਹਾ ਲੈ ਕੇ ਡਿਪਟੀ ਤੌਰ ਤੇ ਆਉਂਦਾ ਕਾਰਨ ਇਹ ਹੈ ਕਿ ਤਾਂ ਵਾਲੀ ਕਾਬਲ ਦਾ ਪੜਪੋਤਰਾ ਜਿਹੜਾ ਹਰੀ ਸਿੰਘ ਨਲੂਏ ਦੇ ਪੜਪੋਤਰੇ ਨੂੰ ਮਿਲਣਾ ਚਾਹੁੰਦਾ ਹਰੀ ਸਿੰਘ ਨਲੂਏ ਦੇ ਪੜਪੋਤਰੇ ਦੇ ਸਾਹਮਣੇ ਪ੍ਰਿੰਸੀਪਲ ਕਹਿੰਦਾ ਕਹਿੰਦਾ ਦੋਸਤ ਮੁਹੰਮਦ ਖਾਨਦਾਨ ਦੇ ਵਿੱਚੋਂ ਉਹਦਾ ਇੱਕ ਲੜਕਾ ਆਇਆ ਕਹਿੰਦਾ ਉਹ ਤੁਹਾਨੂੰ ਵੇਖਣਾ ਚਾਹੁੰਦਾ ਕਹਿੰਦਾ ਫਿਰ ਮੇਰਾ ਜਵਾਬ ਇਹ ਹੈ ਕਿ ਉਹ ਹਾਰੇ ਹੋਏ ਜਰਨੈਲ ਦਾ ਪੜਪੋਤਰ ਹੈ ਮੈਂ ਜੇਤੂ ਜਰਨੈਲ ਦਾ ਪੜਪੋਤਰ ਹੈ ਕਦੀ ਜੇਤੂ ਜਰਨੈਲਾਂ ਦੇ ਪੁੱਤਰ ਮਿਲਣ ਵਾਸਤੇ ਨਹੀਂ ਜਾਂਦੇ ਉਹ ਦੋਨੋਂ ਹੀ ਵੇਖਣਾ ਤੇ ਉਹ ਸਕੂਲ ਆ ਜਾਵੇ ਮੈਂ ਨਹੀਂ ਜਾਂਦਾ ਇਹ ਸੀ ਸਾਡੀ ਅਣਖ ਇਹ ਸੀ ਸਾਡੀ ਬਹਾਦਰੀ ਇਹ ਸੀ ਸਾਡੀ ਦ੍ਰਿੜਤਾ ਜਿਹੜੀ ਸਾਡੇ ਵਡੇਰਿਆਂ ਦੇ ਖੂਨ ਵਿੱਚੋਂ ਸਾਡੇ ਤੱਕ ਆ ਰਹੀ ਸੀ ਔਰ ਇਹਦੇ ਜਿਹੜਾ ਸਭ ਤੋਂ ਅਹਿਮ ਤੱਤ ਸੀ ਉਹ ਅਹਿਮ ਤੱਤ ਇਹ ਸੀ ਕਿ ਜਿਹੜੀ ਮੈਂ ਆਰੰਭ ਦੇ ਵਿੱਚ ਗੱਲ ਕੀਤੀ ਸੀ ਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਵੇਖਦੇ ਹਾਂ ਤੇ ਐਡੇ ਵੱਡੇ ਵਿਖੇ ਉੱਥੇ ਜਰਨੈਲ ਵੇਖਦੇ ਹਾਂ ਤੇ ਉਹਨਾਂ ਦੇ ਵਿੱਚ ਇੱਕ ਡੋਗਰਿਆਂ ਦਾ ਉਹ ਅੰਸ਼ ਵੀ ਵੇਖਦੇ ਹਾਂ ਜਿਸ ਨੇ ਉਸ ਰਾਜ ਨੂੰ ਖਤਮ ਕਰਨ ਦੇ ਵਿੱਚ ਬੜੀ ਅਹਿਮ ਭੂਮਿਕਾ ਪਾਈ ਬਹੁਤ ਵੱਡੀ ਭੂਮਿਕਾ ਪਾਈ ਉਹ ਛੋਟੀ ਨਹੀਂ ਸੀ ਉਹ ਤੁਸੀਂ ਅੱਜ ਜਿੰਨੇ ਵੀ ਜਰਨੈਲ ਨੇ
ਹਰੀ ਸਿੰਘ ਅਲਵੇ ਦੀ ਗੱਲ ਕਰ ਲਈਏ, ਸ਼ਾਮ ਸਿੰਘ ਅਟਾਰੀ ਦੀ ਗੱਲ ਕਰ ਲਈਏ, ਜਨਰਲ ਜੋਰਾਵਰ ਸਿੰਘ ਦੀ ਗੱਲ ਕਰ ਲਈਏ, ਹਰੀ ਸਿੰਘ ਨਲਵੀ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਦੀ ਗੱਲ ਕਰ ਲਈਏ, ਜਿੰਨੇ ਵੀ ਸਰਵੈਲਾ ਦੀ ਸ਼ਹਾਦਤ ਦੇ ਵਰਤਾਰਿਆਂ ਦੇ ਪਿੱਛੇ ਤੁਸੀਂ ਅੰਸ਼ ਵੇਖੋਗੇ ਨਾ, ਉਹੀ ਅੰਸ਼ ਹੈ ਜਿਹਦੀ ਲਿਖਤ ਦੇ ਵਿੱਚੋਂ ਅੱਜ ਇਹ ਨਫ਼ਰਤ ਪੈਦਾ ਹੋ ਰਹੀ ਹੈ ਕਿ ਸਿੱਖ ਰਾਜ ਕਰ ਕਿਵੇਂ ਗਏ। ਇਹ ਸਾਰਾ ਉਹੀ ਅੰਸ਼ ਹੈ, ਇਹ ਸਾਰੀ ਉਹੀ ਮਾਨਸਿਕਤਾ। ਉਸ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਤੱਕ ਤੁਸੀਂ ਉਹ ਨਹੀਂ ਸਮਝੋਗੇ, ਉਨਾ ਚਿਰ ਤੱਕ ਅਸੀਂ ਮਾੜੇ ਹੋਏ ਸਟੇਟਮੈਂਟ ਦੀ ਮਾੜੇ ਹੋਏ ਰਾਜ ਦੀ ਗੱਲ ਤੇ ਕਰ ਸਕਦੇ ਹਾਂ, ਪਰ ਭਵਿੱਖ ਦੇ ਵਿੱਚ ਅਸੀਂ ਰਾਜ ਸਿਰਜਣਾ ਸੀ ਉਹਦਾ ਚਿੰਤਨ ਦੀ ਗੱਲ। ਉਹਦੇ ਵਾਸਤੇ ਉਹ ਰਾਜ ਜਿਹੜਾ ਸੀ ਉਹਦੇ ਅਵਚੇਤਨ ਰੂਪ ਦੇ ਵਿੱਚ ਹੋਈਆਂ ਜਿਹੜੀਆਂ ਅਣਗਹਿਲੀਆਂ ਨੇ, ਉਹ ਜਿਹੜੇ ਕਾਰਨ ਨੇ, ਉਹਨਾਂ ਦਾ ਅਧਿਐਨ ਜ਼ਰੂਰ ਕਰਨਾ ਪਵੇਗਾ। ਮੈਂ ਪਹਿਲੀ ਗੱਲ ਸ਼ੁਰੂ ਕਰਦਾ ਹਰੀ ਸਿੰਘ ਨਲੂਏ ਤੋਂ ਪਹਿਲਾਂ, ਅਕਾਲੀ ਫੂਲਾ ਸਿੰਘ, ਕਿਉਂਕਿ ਇਸੇ ਸਾਲ 2023 ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ 200 ਸਾਲ ਹੋ ਗਏ। 1823 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਹੁਣ 200 ਸਾਲ ਹੋਏ ਨੇ ਉਹਨਾਂ ਦੀ ਸ਼ਹਾਦਤ। ਹੁਣ ਉਹਨਾਂ ਦੀ ਸ਼ਹਾਦਤ ਦੇ ਪ੍ਰਤੀ ਜਿਹੜਾ ਸਾਡਾ ਇਤਿਹਾਸਕਾਰੀ ਨਜ਼ਰੀਆ ਰਿਹਾ, ਉਹਦੇ 'ਚ ਬਹੁਤ ਸਾਰੇ ਅੰਸ਼ ਨੇ ਜਿਹੜੇ ਅਸੀਂ ਨਜ਼ਰ ਅੰਦਾਜ਼ ਕਰਦੇ। ਜਿਉਂ ਜਿਉਂ ਅਸੀਂ ਅੰਸ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕੀਤਾ, ਉਹਦੇ ਨਾਲ ਹੀ ਇੱਕ ਵਰਗ ਉਹ ਪੈਦਾ ਹੋਇਆ ਜਿਹਨਾਂ ਸਾਡੇ ਇਤਿਹਾਸ ਨੂੰ ਮਿਸ ਇੰਟਰਪ੍ਰੈਟ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਗੋਲੀ ਉਦਾਹਰਣ ਦਿੰਦਾ, RSS, ਰਾਸ਼ਟਰੀ ਸਿੱਖ ਸੰਗਤ, ਰਾਸ਼ਟਰੀ ਸਵਾਮ ਸੇਵਕ ਸੰਘ, ਰਾਸ਼ਟਰੀ ਸੇਵਾ ਸੰਮਤੀ, ਇਹ ਜਿੰਨੀਆਂ ਵੀ RSS ਦੇ ਨਾਲ ਸੰਬੰਧਿਤ ਜਥੇਬੰਦੀਆਂ ਨੇ, ਇਹਨਾਂ ਦਾ ਇੱਕ ਪ੍ਰੋਜੈਕਟ ਹੈ ਅਖੰਡ ਭਾਰਤੀ ਇਤਿਹਾਸ ਸੰਕਲਪ ਯੋਜਨਾ। ਸਾਡੇ ਕੋਲ ਤਾਂ ਇਤਿਹਾਸ ਦੀ ਖੋਜ ਦੇ ਉੱਪਰ ਕੋਈ ਐਵੇਂ ਦਾ ਪ੍ਰੋਜੈਕਟ ਨਹੀਂ ਹੈਗਾ, ਉਹ ਬੜੇ ਵੱਡੇ ਪੱਧਰ ਦੇ ਉੱਪਰ ਇਤਿਹਾਸ ਦੀ ਖੋਜ ਨਹੀਂ ਕਰ ਰਹੇ, ਤੋੜ ਮਰੋੜ ਕਰ ਰਹੇ ਨੇ। ਉਹ ਤੋੜ ਮਰੋੜ ਦੇ ਵਿੱਚੋਂ ਇੱਕ ਕਿਤਾਬ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ 1947 ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਉਸ ਨੂੰ ਸਾਰਾ ਹੀ ਬਰਬਾਦ ਕਰ ਦੇਣ ਲੱਗੇ ਸੀ, RSS ਦੇ ਵਰਕਰਾਂ ਨੇ ਦਰਬਾਰ ਸਾਹਿਬ ਦੀ ਰੱਖਿਆ। ਹੁਣ ਮੈਂ ਤੁਹਾਨੂੰ ਥੋੜ੍ਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ, ਕਿਉਂਕਿ ਇਸ ਗੱਲ ਦੀਆਂ ਤੰਦਾਂ ਸਾਡੇ ਪਿਛੋਕੜ 'ਚ ਪਈਆਂ। ਜਿੰਨਾ ਚਿਰ ਅਸੀਂ ਇਹ ਨਹੀਂ ਸਮਝਾਂਗੇ, ਅਸੀਂ ਇਸ ਇਤਿਹਾਸ ਦੀ ਤੋੜ ਭੰਦੀ ਨੀਤੀ ਦੇ ਵਰਤਾਰਿਆਂ ਨੂੰ ਸਮਝ ਨਹੀਂ ਸਕਣਾ। ਨੈਪੋਲੀਅਨ ਯੂਰਪ ਦੇ ਵਿੱਚ ਕਾਫੀ ਇਲਾਕੇ ਫਤਿਹ ਕਰਦਾ, ਯੂਰਪ ਦੇ ਵਿੱਚ ਨੈਪੋਲੀਅਨ ਜਿੱਤ ਰਿਹਾ ਹੈ ਅਤੇ ਹਿੰਦੁਸਤਾਨ 'ਚ ਬੈਠਾ ਅੰਗਰੇਜ਼ ਜਿਹੜਾ ਡਰ ਰਿਹਾ। ਅੰਗਰੇਜ਼ ਇਹ ਸੋਚਦੇ ਕਿ ਜੇਕਰ ਨੈਪੋਲੀਅਨ ਦੀ ਰੂਸ ਦੇ ਨਾਲ ਸੰਧੀ ਹੋ ਗਈ ਤਾਂ ਅਸੀਂ ਇਸ ਇਲਾਕੇ ਦੇ ਵਿੱਚ ਸਥਾਪਿਤ ਨਹੀਂ ਰਹਿ ਸਕਦੇ। ਉਹ ਆਪਣੇ ਇੱਕ ਅਫਸਰ ਮੈਟਕਾਫ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਭੇਜਦਾ। ਬੇਸ਼ੱਕ ਉਹਦੇ 'ਚ ਹੋਰ ਵੀ ਕਈ ਸ਼ਰਤਾਂ ਨੇ, ਪਰ ਅਹਿਮ ਗੱਲ ਇਹ ਹੈ ਕਿ ਰਣਜੀਤ ਸਿੰਘ ਦੇ ਕੋਲੋਂ ਇੱਕ ਗੱਲ 'ਤੇ ਸਹਿਮਤੀ ਪ੍ਰਗਟ ਕਰਾਈ ਜਾਂਦੀ ਹੈ ਕਿ ਜੇਕਰ ਨੈਪੋਲੀਅਨ ਨੇ ਸਾਡੇ 'ਤੇ ਹਮਲਾ ਕੀਤਾ ਤਾਂ ਰਣਜੀਤ ਸਿੰਘ ਸਾਡਾ ਸਾਥ ਦੇ। ਜਦੋਂ ਮੈਟਕਾਫ ਲਾਹੌਰ ਆਉਂਦਾ, ਲਾਹੌਰ ਤੋਂ ਬਾਅਦ ਅੰਮ੍ਰਿਤਸਰ ਆਉਂਦਾ, ਅਤੇ ਅੰਮ੍ਰਿਤਸਰ ਜਦੋਂ ਆਉਂਦਾ ਉਹਦੇ ਨਾਲ ਇੱਕ ਸ਼ੀਆ ਮੁਸਲਮਾਨਾਂ ਦੀ ਸਿਪਾਹੀਆਂ ਦੀ ਰੈਜੀਮੈਂਟ ਸੀ। ਅਕਾਲੀ ਫੂਲਾ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਸੀਗੇ, ਕੁਦਰਤਨ ਮੁਹੱਰਮ ਦੇ ਦਿਨ ਆ ਗਏ ਜਦੋਂ ਉਹ ਤਾਜ਼ੀਆ ਕੱਢਦੇ ਨੇ। ਜਦੋਂ ਤੁਸੀਂ ਵੇਖਿਆ ਹੋਣਾ ਇੰਟਰਨੈਟ 'ਤੇ ਬੜਾ ਪਿੱਟ ਦੇ ਰੋਂਦੇ ਨੇ ਹਜ਼ਰਤ ਅਲੀ ਅਤੇ ਉਹਦੇ ਬੇਟੇ ਹਜ਼ਰਤ ਹਸਨ ਅਤੇ ਹੁਸੈਨ ਦੀ ਯਾਦ ਦੇ ਵਿੱਚ ਕਰਬਲਾ ਦੇ ਮੈਦਾਨ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਤਾਜ਼ੀਆਂ ਕੱਢੀ ਜਾਂਦੀ ਨੇ, ਬੜਾ ਰੋਂਦੇ ਪਿੱਟਦੇ ਨੇ। ਉਹ ਆਪਣਾ ਧਰਮ ਦਾ ਜਲੂਸ ਕੱਢ ਰਹੇ ਸੀ ਅਤੇ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਕੇ ਉਹਨਾਂ ਉੱਚੀ ਉੱਚੀ ਹਜ਼ਰਤ ਅਲੀ ਦੇ ਅਲਾਹ ਅਕਬਰ ਦੇ ਨਾਲ ਰੋਣੇ ਸ਼ੁਰੂ ਕਰ ਦਿੱਤੇ। ਅਕਾਲੀ ਫੂਲਾ ਸਿੰਘ ਨੇ ਦੋ ਸਿੰਘਾਂ ਨੂੰ ਭੇਜਿਆ ਕਿ ਤੁਸੀਂ ਆਪਣਾ ਧਾਰਮਿਕ ਇਤਿਹਾਸ ਜਿਵੇਂ ਮਰਜ਼ੀ ਮਨਾਓ, ਪਰ ਅੰਦਰ ਸਾਡੇ ਦਿਮਾਗ ਚੱਲ, ਅਸੀਂ ਤੁਹਾਡੇ ਤਿਉਹਾਰ ਦੇ ਵਿੱਚ ਕਦੀ ਖਲਕ ਨਹੀਂ ਪਾਉਂਦੇ, ਤੁਸੀਂ ਖਲਕ ਪਾਉਣ ਦਾ ਯਤਨ ਨਾ ਕਰੋ। ਕਈ ਵਾਰੀ ਬੰਦਾ ਹੰਕਾਰ ਦੇ ਵਿੱਚ ਹੁੰਦਾ ਕਿ ਅਸੀਂ ਤਾਂ ਅੰਗਰੇਜ਼ ਅਫਸਰ ਦੇ ਨਾਲ ਆਏ ਹੋਏ, ਇਸੇ ਹੰਕਾਰ ਦੇ ਵਿੱਚੋਂ ਉਹਨਾਂ ਨੇ ਗਏ ਹੋਏ ਜਿਹੜੇ ਦੋ ਸਿੱਖ ਸੀ ਉਹਨਾਂ 'ਚੋਂ ਇੱਕ ਦੀ ਦਸਤਾਰ ਉਤਾਰ ਦਿੱਤੀ। ਜਦੋਂ ਇਸ ਗੱਲ ਦੀ ਖਬਰ ਅਕਾਲੀ ਫੂਲਾ ਸਿੰਘ ਨੂੰ ਆਈ, ਅਕਾਲੀ ਫੂਲਾ ਸਿੰਘ ਉਸੇ ਵੇਲੇ ਆਪਣੇ ਚੋਣਵੇਂ 25 ਯੋਧੇ ਲੈ ਕੇ ਉੱਥੇ ਪਹੁੰਚਿਆ ਅਤੇ ਫਿਰ ਉੱਥੇ ਤਲਵਾਰਬਾਜ਼ੀ ਸ਼ੁਰੂ ਹੋਈ। ਜਦੋਂ ਕਈ ਸ਼ੀਆ ਮੁਸਲਮਾਨ ਉੱਥੇ ਜ਼ਮੀਨ ਦੇ ਉੱਪਰ ਲਟਾ ਦਿੱਤੇ ਅਤੇ ਮੈਟਕਾਫ ਰਣਜੀਤ ਸਿੰਘ ਨੂੰ ਆ ਕੇ ਮਿਲਦਾ, ਕਹਿੰਦਾ ਇਹਨਾਂ ਨੂੰ ਬੰਦ ਕਰਾ, ਅਤੇ ਰਣਜੀਤ ਸਿੰਘ ਪਤਾ ਕੀ ਕਹਿੰਦਾ, ਕਹਿੰਦਾ ਇਹ ਮੇਰੀ ਕਵਾਇਤੀ ਫੌਜ ਨਹੀਂ, ਇਹ ਅਕਾਲੀ ਫੂਲਾ ਸਿੰਘ ਹੈ, ਇਹਨੂੰ ਧੱਕੇ ਦੇ ਨਾਲ ਨਹੀਂ ਬੰਦ ਕਰਵਾਇਆ ਜਾ ਸਕਦਾ, ਇਹਨੂੰ ਤਾਂ ਮੈਂ ਜਾ ਕੇ ਬੇਨਤੀ ਕਰਦਾ। ਅਕਾਲੀ ਫੂਲਾ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬੇਨਤੀ ਆਪਸ 'ਚ ਗੱਲਬਾਤ ਹੋਈ, ਉਹਨਾਂ ਨੇ ਬੇਨਤੀ ਕੀਤੀ ਅਕਾਲੀ ਫੂਲਾ ਸਿੰਘ ਨੇ ਮੰਨ ਲਈ। ਪਰ ਉਹਦੇ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ ਇਹ ਗੱਲ ਤੈਅ ਹੋ ਗਈ ਕਿ ਮੁਹੱਰਮ ਦਾ ਜਲੂਸ ਜਿਹੜਾ ਉਹ ਕਦੇ ਵੀ ਦਰਬਾਰ ਸਾਹਿਬ ਦੇ ਨੇੜੇ ਤੋਂ ਨਹੀਂ ਲੱਗੇਗਾ ਅੱਜ ਤੱਕ ਨਹੀਂ। ਸੋ ਇਹ ਗੱਲ ਘੜ ਗਈ ਕਿ ਮੁਸਲਮਾਨ ਹਮਲਾ ਕਰਨ ਵਾਲੇ ਸੀਗੇ ਅਤੇ ਸਾਡੇ RSS ਦੇ ਵਰਕਰਾਂ ਨੇ ਬਚਾਇਆ, ਇਹ ਬਿਲਕੁਲ ਵੀ ਝੂਠੀ ਗੱਲ ਸੀ ਜਿਹੜੀ ਬਣਾਈ। ਉਹਦੇ ਪਿੱਛੇ ਕਾਰਨ ਇਹੀ ਨੇ ਕਿ ਜਿਹੜਾ ਅਸੀਂ ਆਪਣੇ ਇਤਿਹਾਸ ਤੋਂ ਵਾਕਫ ਨਹੀਂ। ਅਕਾਲੀ ਫੂਲਾ ਸਿੰਘ ਉਹਨਾਂ ਦੀ ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਵਿਲੱਖਣ ਦੇਣ ਹੈ, ਪਰ ਅਕਾਲੀ ਫੂਲਾ ਸਿੰਘ ਪਹਿਲਾਂ ਉਹ ਜਰਨੈਲ ਹੈ ਜਿਹੜਾ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਇੱਕ ਗੱਲ ਕਹਿੰਦਾ। ਬੇਸ਼ੱਕ ਸਾਡੇ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਅਕਾਲੀ ਫੂਲਾ ਸਿੰਘ ਰਣਜੀਤ ਸਿੰਘ ਨਾਲੋਂ ਗੁੱਸੇ ਹੋ ਕੇ ਅਨੰਦਪੁਰ ਸਾਹਿਬ ਚਲਾ ਗਿਆ, ਨਹੀਂ ਉਹਨੇ ਉਸਨੂੰ ਤਿੰਨ ਗੱਲਾਂ ਕਹੀਆਂ ਸੀ। ਉਹਨੇ ਕਿਹਾ, ਰਣਜੀਤ ਸਿੰਘ
ਰਾਜ ਤੇ ਤੇਰੇ ਹੱਥ ਦੇ ਵਿੱਚ ਆ ਗਿਆ ਨਾ, ਹੁਣ ਰਾਜ ਗੱਦੀ ਤੇ ਬਹਿ ਕੇ ਅੱਖਾਂ ਨਾ ਮੀਚ। ਮਿਸ਼ਰ ਗੰਗਾ ਰਾਮ ਤੇ ਡੋਗਰਿਆਂ ਨੂੰ ਜਿੰਨੇ ਕੁਛ ਅਹੁਦਿਆਂ ਦੇ ਉੱਪਰ ਤੂੰ ਲੈ ਕੇ ਜਾ ਰਿਹਾ, ਤੇਰੇ ਰਾਜ ਵੀ ਖਤਰਾ ਪੈਦਾ ਕਰਦੇ ਜੇ, ਤੇ ਬਿਲਕੁਲ ਸੱਚ। ਉਹਨੇ ਕਿਹਾ ਰਣਜੀਤ ਸਿੰਘ ਜਿੰਨਾ ਡੋਗਰਿਆਂ ਤੇ ਵਿਸ਼ਵਾਸ ਕਰ ਰਹੇ ਹੈ, ਉਹਨਾਂ ਨੂੰ ਜਗੀਰਾ ਦੇ ਰਹੇ, ਤੇਰੇ ਵਾਸਤੇ ਖਤਰਾ ਪੈਦਾ ਕਰਦੇ ਜੇ, ਇਹ ਬਿਲਕੁਲ ਸੱਚ ਸੀ। ਤੀਸਰੀ ਗੱਲ ਉਹਨੇ ਕਿ ਰਣਜੀਤ ਸਿੰਘ ਤੇਰੇ ਵਿੱਚ ਤੇ ਮਹਾਰਾਜਾ ਸ਼ੇਰ ਸਿੰਘ ਦੇ ਵਿੱਚ ਡੋਗਰੇ ਜਿਹੜੀ ਵਿੱਥ ਪੈਦਾ ਕਰ ਰਹੇ ਨੇ, ਇਹ ਤੇਰੇ ਵਾਸਤੇ ਖਤਰਨਾਕ ਹੋ ਗਏ। ਰਣਜੀਤ ਸਿੰਘ ਨੇ ਆਪਣੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ। ਅਕਾਲੀ ਫੂਲਾ ਸਿੰਘ ਇਸ ਗੱਲ ਤੋਂ ਨਿਰਾਸ਼ ਹੋ ਕੇ ਅਨੰਦਪੁਰ ਸਾਹਿਬ ਚਲੇ। ਅਨੰਦਪੁਰ ਸਾਹਿਬ ਇੱਕ ਘਟਨਾ ਵਾਪਰੀ ਹੈ, ਉਸ ਜਰਨੈਲ ਦਾ ਕਿਰਦਾਰ ਦੇਖੋ। ਅਨੰਦਪੁਰ ਸਾਹਿਬ ਇਹ ਘਟਨਾ ਵਾਪਰੀ ਹੈ ਕਿ ਉਸ ਵੇਲੇ ਇੱਕ ਰਿਆਸਤ ਦੇ ਰਾਜੇ ਕੰਵਰ ਪ੍ਰਤਾਪ ਸਿੰਘ ਦੇ ਨਾਲ ਅੰਗਰੇਜ਼ਾਂ ਦੀ ਜਿਹੜੀ ਸੀ ਅਣਬਣ ਹੋ ਗਈ, ਤੇ ਕੰਵਰ ਪ੍ਰਤਾਪ ਸਿੰਘ ਜਿਹੜਾ ਸੀਗਾ ਉਹ ਅਕਾਲੀ ਫੂਲਾ ਸਿੰਘ ਦੀ ਸ਼ਰਨ ਦੇ ਵਿੱਚ ਆ ਗਿਆ। ਅੰਗਰੇਜ਼ ਰਾਜ ਜੱਟ ਨੇ ਪਹਿਲਾਂ ਰਣਜੀਤ ਸਿੰਘ ਨੂੰ ਤੇ ਬਾਅਦ ਵਿੱਚ ਅਕਾਲੀ ਫੂਲਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਡੇ ਕੋਲੋਂ ਭੱਜ ਕੇ ਆਇਆ, ਸਾਨੂੰ ਵਾਪਸ ਦੇ ਦਿਓ, ਤੀਜਾ ਫਿਰ ਸਿੱਖੀ ਦਾ ਅਸੂਲ ਕਿ ਜੋ ਸ਼ਰਨ ਆਏ ਤਿਸ ਕੰਠ ਲਾਏ ਇਹ ਬਿਰਧ ਸਵਾਮੀ ਸੰਦਾ, ਕਿ ਜਿਹੜਾ ਸਾਡੀ ਸ਼ਰਨ ਦੇ ਵਿੱਚ ਆ ਗਿਆ ਉਹਨੂੰ ਦੁਸ਼ਮਣ ਨੂੰ ਨਹੀਂ ਸੌਂਪਿਆ ਜਾ ਸਕਦਾ, ਨਹੀਂ ਦੇਵਾਂਗੇ। ਅਕਾਲੀ ਫੂਲਾ ਸਿੰਘ ਨੇ ਇਨਕਾਰ ਕਰ ਦਿੱਤਾ ਤੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬੈਠੇ ਡੋਗਰੇ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਅਕਾਲੀ ਫੂਲਾ ਸਿੰਘ ਨੂੰ ਕਿਸੇ ਤਰੀਕੇ ਦੇ ਨਾਲ ਰਾਜ ਚੋਂ ਲਾਂਭੇ ਕੀਤਾ ਜਾਵੇ, ਕਿਉਂਕਿ ਦੋ ਤਿੰਨ ਮੌਕੇ ਇਸ ਤਰ੍ਹਾਂ ਦੇ ਬਣੇ ਸੀ। ਇੱਕ ਤਾਂ ਜਦੋਂ ਅਕਾਲੀ ਫੂਲਾ ਸਿੰਘ ਦਮਦਮਾ ਸਾਹਿਬ ਸੀਗੇ ਤੇ ਇੱਕ ਅੰਗਰੇਜ਼ ਮਿਸਟਰ ਵਾਈਟ ਜ਼ਮੀਨ ਦੀ ਨਿਸ਼ਾਨਦੇਹੀ ਵਾਸਤੇ ਆਇਆ ਸੀ, ਤੇ ਅਕਾਲੀ ਫੂਲਾ ਸਿੰਘ ਨੂੰ ਕਿਸੇ ਨੇ ਕਹਿ ਦਿੱਤਾ ਕਿ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਨਿਯਤ ਕਰਨ ਦੇ ਵਾਸਤੇ ਇਹ ਨਕਸ਼ੇਬੰਦੀ ਕਰ ਰਹੇ ਆ, ਤੇ ਉਸ ਵੇਲੇ ਅਕਾਲੀ ਫੂਲਾ ਸਿੰਘ ਨੇ ਉਸ ਮਿਸਟਰ ਵਾਈਟ ਜਿਹੜਾ ਸੀਗਾ ਉਹਦੇ ਕੈਂਪ ਦੇ ਉੱਪਰ ਜਾ ਕੇ ਹਮਲਾ ਕੀਤਾ ਸੀ। ਅੰਗਰੇਜ਼ ਇਸ ਗੱਲ ਤੋਂ ਔਖੇ ਸੀ, ਡੋਗਰੇ ਇਸ ਗੱਲ ਤੋਂ ਔਖੇ ਸੀ ਕਿ ਅਕਾਲੀ ਫੂਲਾ ਸਿੰਘ ਕਹਿੰਦਾ ਸੀ ਕਿ ਡੋਗਰੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਿਨਾਂ ਮਤਲਬ ਤੋਂ ਦਖਲਅੰਦਾਜ਼ੀ ਕਰ ਰਹੇ ਨੇ। ਤੀਸਰਾ, ਅੰਗਰੇਜ਼ਾਂ ਨੂੰ ਇਹ ਬਹਾਨਾ ਮਿਲ ਗਿਆ ਕਿ ਜਿਹੜਾ ਇੱਕ ਰਿਆਸਤ ਦਾ ਰਾਜਾ ਉਹ ਸਾਡੇ ਨਾਲ ਮਤਭੇਦ ਹੋਣ ਤੋਂ ਬਾਅਦ ਅਕਾਲੀ ਫੂਲਾ ਸਿੰਘ ਦੀ ਸ਼ਰਨ ਚਲਾ ਗਿਆ। ਇਹ ਸਾਰੇ ਕਾਰਨ ਇਕੱਠੇ ਬਣ ਗਏ ਤੇ ਹੁਣ ਉਸ ਜਰਨੈਲ ਦਾ ਕਿਰਦਾਰ ਵੇਖੋ। ਉਸ ਵੇਲੇ ਫਲੋਰ ਦੇ ਜ਼ਿਲ੍ਹੇ ਦਾ ਕਿਲ੍ਹੇਦਾਰ ਦੀਵਾਨ ਮੋਤੀ ਰਾਮ ਸੀ। ਦੀਵਾਨ ਮੋਤੀ ਰਾਮ ਨੂੰ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਡੋਗਰੇ ਚਿੱਠੀ ਲੈ ਕੇ ਭੇਜਦੇ ਨੇ ਕਿ ਤੂੰ ਆਪਣੇ ਨਾਲ ਬਾਕੀ ਫੌਜਾਂ ਨੂੰ ਇਕੱਠਿਆਂ ਕਰ ਤੇ ਤੂੰ ਇਸੇ ਵੇਲੇ ਜਾ ਕੇ ਅਨੰਦਪੁਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਉੱਪਰ ਜਾ ਕੇ ਹਮਲਾ ਕਰ, ਖਤਮ ਕਰ ਦੇ ਜਾਂ ਬੰਦੀ ਬਣਾ ਕੇ ਲੈ ਗਏ ਆ। ਉਸ ਵੇਲੇ ਫਲੋਰ ਦੇ ਕਿਲ੍ਹੇਦਾਰ ਮੋਤੀ ਰਾਮ ਨੇ ਉਹ ਪਹਿਲਾਂ ਹੀ ਚਾਹੁੰਦਾ ਸੀ, ਡੋਗਰਿਆਂ ਦੇ ਨਾਲ ਸਹਿਮਤੀ ਸੀ। ਲਾਹੌਰ ਦੇ ਤੇ ਫੌਜਦਾਰ ਆ ਕੇ ਜਿਹੜੇ ਡੋਗਰਿਆਂ ਨੇ ਭੇਜੇ, ਮੋਤੀ ਰਾਮ ਨੇ ਆਪਣੀ ਫੌਜ ਤਿਆਰ ਕੀਤੀ, ਜੀਤਵਾਲੇ ਨੇ ਆਪਣੀ ਤਿਆਰ ਕਰ ਲਈ, ਮਲੇਰਕੋਟਲੇ ਵਾਲਿਆਂ ਨੇ ਆਪਣੀ ਤਿਆਰ ਕਰ ਲਈ, ਨਾਭੇ ਵਾਲੀ ਰਿਆਸਤ ਨੇ ਆਪਣੀ ਫੌਜ ਤਿਆਰ ਕਰ ਲਈ, ਤੇ ਸਾਰੀਆਂ ਫੌਜਾਂ ਜਿਹੜੀਆਂ ਇਕੱਠੀਆਂ ਨੇ ਉਹ ਲੜਨ ਵਾਸਤੇ ਤੁਰਕੀਆਂ ਨੇ ਅਕਾਲੀ ਫੂਲਾ ਸਿੰਘ ਦੇ ਨਾਲ। ਪਰ ਸਿਪਾਹੀਆਂ ਨੂੰ ਇਹ ਨਾ ਦੱਸਿਆ ਗਿਆ ਕਿ ਅੱਗੇ ਕੌਣ ਹੈ। ਅਨੰਦਪੁਰ ਸਾਹਿਬ ਦੇ ਸਾਹਮਣੇ ਜਿਸ ਪਿੰਡ ਦੇ ਵਿੱਚ ਅਨੰਦਪੁਰ ਸਾਹਿਬ ਦੀ ਤਾਮੀਰ ਕੀਤੀ ਗਈ ਮਾਖੋਵਾਲ, ਮਾਖੋਵਾਲ ਦਾ ਮੈਦਾਨ ਹੁੰਦਾ ਸੀ, ਉਸ ਮੈਦਾਨ ਦੇ ਵਿੱਚ ਇਹ ਗਈਆਂ ਹੋਈਆਂ ਰਿਆਸਤੀ ਫੌਜਾਂ ਦੀਵਾਨ ਮੋਤੀ ਰਾਮ ਦੀ ਗਵਾਹੀ 'ਚ ਖੜੀਆਂ ਨੇ, ਇਹ ਸਾਰੀਆਂ ਲੜਨ ਦੇ ਵਾਸਤੇ ਤਿਆਰ ਨੇ, ਤੇ ਉਧਰੋਂ ਘੋੜੇ ਤੇ ਚੜ੍ਹ ਕੇ ਅਕਾਲੀ ਫੂਲਾ ਸਿੰਘ ਆਉਂਦਾ, ਤੇ ਫਿਰ ਵਰਤਾਰਾ ਪਤਾ ਕੀ ਵਾਪਰਦਾ ਕਿ ਜਰਨੈਲ ਕਹਿੰਦੇ ਨੇ ਹਮਲਾ ਕਰੋ ਤੇ ਪਿੱਛੇ ਸਾਰੀਆਂ ਫੌਜਾਂ ਹਥਿਆਰ ਲੱਗ ਕੇ ਅਕਾਲੀ ਫੂਲਾ ਸਿੰਘ ਨੂੰ ਮੱਥਾ ਟੇਕ ਦਿੰਦੀਆਂ, ਕਹਿੰਦੀਆਂ ਇਹਦੇ ਨਾਲ ਨਹੀਂ ਕਰਨਾ, ਇਹਦੇ ਵਰਗਾ ਜਰਨੈਲ ਕੋਈ ਨਹੀਂ, ਇਹਦੇ ਨਾਲ ਨਹੀਂ ਕਰਨਾ। ਕਿਸੇ ਵੀ ਰਿਆਸਤ ਦੇ ਸਿਪਾਹੀ ਨੇ ਅੱਗੇ ਹੋ ਕੇ ਹਮਲਾ ਕਰਨ ਦੀ ਹਿੰਮਤ ਨਾ ਕੀਤੀ। ਸੋ ਜਿਸ ਜਰਨੈਲ ਦਾ ਇੰਨਾ ਸਤਿਕਾਰ ਹੋਵੇ ਉਹ ਡੋਗਰਿਆਂ ਨੂੰ ਕਿਵੇਂ ਕਬੂਲ ਹੁੰਦਾ। ਸੋ ਇਸੇ ਕਰਕੇ ਅਕਾਲੀ ਫੂਲਾ ਸਿੰਘ ਦੀ ਜਦੋਂ ਸ਼ਹਾਦਤ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੇ ਵਰਤਾਰੇ ਵਾਪਰਦੇ ਨੇ ਕਿ ਜਨਰਲ ਮੈਨਪੂਰਾ ਜਿਹੜਾ ਉਹ ਤੋਪਖਾਨਾ ਲੈ ਕੇ ਲੇਟ ਆਉਂਦਾ ਹੈ, ਲੁੰਡੇ ਦਰਿਆ ਨੂੰ ਪਾਰ ਕਰਨ ਦੇ ਸਮੇਂ ਅਟਕਦੇ ਸਮੇਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਜਦੋਂ ਸਾਰੇ ਵਰਤਾਰਿਆਂ ਦਾ ਅਧਿਐਨ ਕਰੋਗੇ ਨਾ ਤੁਸੀਂ ਤੇ ਤੁਹਾਨੂੰ ਕਿਤੇ ਨਾ ਕਿਤੇ ਇੱਕ ਪੱਖ ਸਾਹਮਣੇ ਆਵੇਗਾ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬੈਠਾ ਇੱਕ ਅੰਸ਼ ਜਿਹੜਾ ਉਹ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨਾ ਚਾਹੁੰਦਾ। ਅਗਲੀ ਗੱਲ ਕਰੀਏ ਸੀ 12 ਦਸੰਬਰ 1845 ਦੇ ਵਿੱਚ, 1840 ਦੇ ਵਿੱਚ ਜਨਰਲ ਜ਼ੋਰਾਵਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਟਕਰਾ ਕੋਲ, ਅੱਜ ਮਿਡ ਤਿੱਬਤ ਦੇ ਵਿੱਚ। ਜਦੋਂ ਮੈਂ ਉਹਦੇ ਉੱਪਰ ਖੋਜ ਕਰ ਰਿਹਾ ਸੀ ਤੇ ਤਕਰੀਬਨ ਮੈਨੂੰ 7 ਸਾਲ ਲੱਗੇ। ਜਦੋਂ ਮੈਂ ਉਸ ਜਗ੍ਹਾ ਦੀ ਖੋਜ ਦੇ ਵਾਸਤੇ ਗਿਆ ਤੇ ਮੈਂ ਪੁੱਛ ਰਿਹਾ ਸੀ ਕਿ ਇੱਥੇ ਕੋਈ ਸਿੱਖ ਜਰਨੈਲ ਹੈ ਜਿਹਦੀ ਕੋਈ ਜਗ੍ਹਾ ਬਣੀ, ਤੇ ਉੱਥੋਂ ਦਾ ਇੱਕ ਕਬੀਲਾ ਇੱਕ ਤਿੱਬਤ ਦੇ ਵਿੱਚ, ਉਸ ਕਬੀਲੇ ਦੀ ਬੱਚੀ ਮੈਨੂੰ ਕਹਿੰਦੀ ਸਿੰਗਲਾਬਾ ਚੋਟਨ, ਵੀ ਤੂੰ ਉਹ ਜਗ੍ਹਾ ਲੱਭ ਰਿਹਾ ਜਿੱਥੇ ਸ਼ੇਰ ਸੁੱਤਾ ਪਿਆ। ਖੈਰ ਜਗ੍ਹਾ ਦਾ ਪਤਾ ਲੱਗਾ ਤੇ ਮੈਂ ਉਹਨੂੰ ਪੁੱਛਿਆ ਕਿ ਇਹਦਾ ਮਤਲਬ ਕੀ ਹੈ ਸਿੰਗਲਾਬਾ ਚੋਟਨ, ਚੋਟਨ ਕਹਿੰਦੇ ਨੇ ਸਮਾਧੀ ਨੂੰ, ਸਿੰਗਲਾਬਾ ਸੁੱਤੇ ਸ਼ੇਰ ਦੀ ਸਮਾਧੀ। ਮੈਂ ਕਿਹਾ ਕਿ ਇਹਦੀ ਤੁਹਾਡੇ 'ਚ ਕੀ ਮਾਨਤਾ ਹੈ। ਕਹਿੰਦੀ ਇਹ ਸਾਡਾ ਦੁਸ਼ਮਣ ਸੀ ਜਨਰਲ ਜ਼ੋਰਾਵਰ ਸਿੰਘ, ਜਿਸ ਨੇ ਤਿੱਬਤ ਨੂੰ ਫਤਿਹ ਕੀਤਾ, ਜਿਸਨੇ ਲੇਹ ਲਦਾਖ ਨੂੰ ਫਤਿਹ ਕੀਤਾ, ਜਿਸਨੇ ਨਿਮੇ ਨੂੰ ਫਤਿਹ ਕੀਤਾ, ਪਰ ਅਖੀਰ ਦੇ ਉੱਪਰ ਜਾ ਕੇ ਜਦੋਂ ਮਿਡ ਤਿੱਬਤ 'ਚ ਪਹੁੰਚ ਚੁੱਕਾ ਸੀ, ਉਸ ਵੇਲੇ ਸ਼ੇਰ ਸਿੰਘ ਨੇ ਚਿੱਠੀਆਂ ਲਿਖੀਆਂ ਉਸਨੂੰ।
ਸ਼ੇਰ ਸਿੰਘ ਨੇ ਚਿੱਠੀਆਂ ਲਿਖੀਆਂ ਤੇ ਰੂਸ ਦੇ ਜਾਰ ਦੇ ਨਾਲ ਸਾਡੀ ਗੱਲਬਾਤ ਹੋ ਗਈ ਹੈ, ਨੇਪਾਲ ਸਾਡੇ ਹੱਕ ਦੇ ਵਿੱਚ ਹੈ ਤੇ ਤੂੰ ਇਸ ਮੱਤ ਦੇ ਵਿੱਚੋਂ ਜਿੱਤਦਾ ਹੋਇਆ ਨੇਪਾਲ ਤੱਕ ਪਹੁੰਚ ਜਾਵੇ, ਰੂਸ ਇੱਕ ਪਾਸੇ ਖੜਾ ਹੈ, ਅੰਗਰੇਜ਼ ਵਿੱਚ ਘਿਰ ਜਾਣਗੇ ਤੇ ਉਹਦੇ ਤੋਂ ਬਾਅਦ ਅਸੀਂ ਜਿਹੜਾ ਰਾਜ ਆ ਆਪਣੇ ਹੱਥੋਂ ਨਹੀਂ ਜਾਣ ਦੇਵਾਂਗੇ। ਚਿੱਠੀਆਂ ਬਦਲੀਆਂ ਨੇ, ਜਿਹੜੀ ਚਿੱਠੀ ਜ਼ੋਰਾਵਰ ਸਿੰਘ ਦੇ ਕੋਲ ਪਹੁੰਚੀ ਦਸੰਬਰ 1847 ਦੇ ਵਿੱਚ, ਉਹਦੇ 'ਚ ਲਿਖਿਆ ਸੀ ਕਿ ਤੂੰ ਆਪਣੀ ਮੁਹਿੰਮ ਨੂੰ ਇੱਥੇ ਖਤਮ ਕਰਕੇ ਵਾਪਸ ਆ ਜਾ, ਵਾਪਸ ਨਹੀਂ ਸੀ ਆ ਸਕਦਾ, ਪਰ ਫਿਰ ਇੱਕ ਜਗ੍ਹਾ ਦੇ ਉੱਪਰ ਘਿਰੀਆਂ, ਸਾਰੇ ਪਾਸੇ ਤੋਂ ਹਮਲਾ ਕੀਤਾ ਗਿਆ। ਉਸ ਹਮਲੇ ਵਿੱਚ ਮੈਦਾਨੀ ਜੰਗ ਵਿੱਚ ਜੂਝਦਾ ਹੋਇਆ ਜ਼ੋਰਾਵਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਇਸ ਕਬੀਲੇ ਦੇ ਲੋਕਾਂ ਨੇ ਅੱਜ ਇੱਕ ਮਰਦ ਨੂੰ ਲੜਦਾ ਵੇਖਿਆ ਸੀ ਤੇ ਇਹਨਾਂ ਦਾ ਇੱਕ ਵਿਸ਼ਵਾਸ ਸੀ ਇਸ ਕਬੀਲੇ ਦਾ ਕਿ ਜੇਕਰ ਆਪਣੀ ਝੌਂਪੜੀ ਦੇ ਵਿੱਚ, ਝੌਂਪੜੀਆਂ 'ਚ ਰਹਿੰਦੇ ਸੀ ਪਹਾੜਾਂ ਦੇ ਵਿੱਚ, ਜੇਕਰ ਝੌਂਪੜੀ ਦੇ ਵਿੱਚ ਸ਼ੇਰ ਦਾ ਮਾਸ ਤੰਗਿਆ ਜਾਵੇ ਤੇ ਬੱਚੇ ਡਰਦੇ ਨਹੀਂ ਤੇ ਬੱਚੇ ਜਿਹੜੇ ਨੇ ਉਹ ਬਹਾਦਰ ਜਨਮ ਲੈਂਦੇ ਨੇ। ਸਾਡੇ ਵੀ ਹੈਗਾ ਘਰਾਂ ਦੇ ਵਿੱਚ ਹੁਣ ਖਤਮ ਹੋਇਆ ਕਿ ਬੱਚੇ ਦੇ ਜਨਮ ਲੈਣਾ ਦੇ ਸਿਰਾਣੇ ਲੋਹੇ ਦੀ ਕੋਈ ਚੀਜ਼ ਰੱਖਣੀ, ਕਰਦ ਰੱਖਣੀ, ਕਿਰਪਾਨ ਰੱਖਣੀ, ਚਾਕੂ ਰੱਖਣਾ, ਇਵੇਂ ਦੇ ਹਰ ਸੱਭਿਆਚਾਰ 'ਚ ਇਵੇਂ ਦੇ ਵਿਸ਼ਵਾਸ ਹੁੰਦੇ ਨੇ। ਉੱਥੇ ਵਿਸ਼ਵਾਸ ਸੀ ਕਿ ਸ਼ੇਰ ਦਾ ਮਾਸ ਤੁਹਾਨੂੰ ਮਿਲ ਜਾਵੇ, ਆਪਣੇ ਘਰ ਦੇ ਵਿੱਚ ਟੰਗੋ, ਤੁਹਾਡੇ ਬੱਚੇ ਕਿਤੇ ਡਰਦੇ ਨਹੀਂ ਹੈ, ਇੱਕ ਬਹਾਦਰ ਹੋਣਗੇ। ਹੁਣ ਅੱਜ ਉਹਨਾਂ ਨੇ ਜਨਰਲ ਜ਼ੋਰਾਵਰ ਸਿੰਘ ਨੂੰ ਲੜਦਾ ਵੇਖਿਆ। ਉਹ ਕੌਮ ਦਾ ਜਰਨੈਲ ਦੁਪਹਿਰ ਦਸੰਬਰ 1740 ਵਿੱਚ ਸ਼ਹਾਦਤ ਪ੍ਰਾਪਤ ਕਰ ਚੁੱਕਾ ਹੈ। ਪਹਿਲਾਂ ਤਾਂ ਲੜਾਈ ਉਹਦੇ ਨਾਲ ਹੋ ਰਹੀ ਸੀ, ਹੁਣ ਦੋ ਕਬੀਲਿਆਂ 'ਚ ਲੜਾਈ ਹੋ ਰਹੀ ਹੈ ਕਿਸ ਚੀਜ਼ ਤੋਂ, ਇਹਦਾ ਮਾਸ ਅਸੀਂ ਘਰ 'ਚ ਲੈ ਕੇ ਜਾਣਾ, ਦੂਜੇ ਕਹਿ ਰਹੇ ਨੇ ਇਹਦਾ ਮਾਸ ਅਸੀਂ ਘਰ 'ਚ ਲੈ ਕੇ ਜਾਣਾ। ਲੜਾਈ ਜਰਨੈਲ ਦੀ ਲਾਸ਼ ਤੋਂ ਹੋ ਰਹੀ ਹੈ ਕਿ ਇਹਦੀ ਲਾਸ਼ ਦਾ ਮਾਸ ਚਾਹੀਦਾ। ਇੱਕ ਸਿਆਣਾ ਸੀ ਟਕਲਾ ਕੋਟ ਕਬੀਲੇ ਦੇ ਵਿੱਚ, ਉਹਨਾਂ ਦਾ ਜਰਨੈਲ ਜਿਹੜਾ ਤੰਦਰ ਨੇਮੀਗਲ ਜਿਹੜਾ ਰਾਜਾ ਉਹਦੇ ਖਾਨਦਾਨ ਦੇ ਵਿੱਚ ਸੀ, ਉਹਨੇ ਕਿਹਾ ਵੇਖੋ ਲੜੋ ਨਾ, ਮੁੱਲ ਪਾ ਲਈਏ। ਲਾਸ਼ ਦਾ ਮੁੱਲ ਪਾਇਆ ਗਿਆ, ਲੱਕੜ ਦੇ ਉੱਪਰ ਉਸਦੇ ਲਾਸ਼ ਦੇ ਛੋਟੇ ਛੋਟੇ ਟੁਕੜੇ ਕੀਤੇ ਗਏ ਤੇ ਕਿਸੇ ਨੂੰ 10 ਰੁਪਈਏ ਦਾ ਤੇ ਕਿਸੇ ਨੂੰ 12 ਰੁਪਈਏ ਦਾ, ਜਿਹੜੀ ਉੱਥੋਂ ਦੀ ਕਰੰਸੀ ਸੀ, ਉਹਦੇ ਵਿੱਚ ਛੋਟੇ ਛੋਟੇ ਜਰਨੈਲ ਜ਼ੋਰਾਵਰ ਸਿੰਘ ਦੇ ਮਾਸ ਦੇ ਟੁਕੜੇ ਵਿੱਚੇ ਘਰਾਂ 'ਚ ਰੱਖਣ ਦੇ ਵਾਸਤੇ। ਉਹ ਸਾਡਾ ਜਰਨੈਲ ਸੀ। ਔਰ ਅੱਜ ਵੀ ਜਦੋਂ ਉਸ ਕਬੀਲੇ ਦੇ ਵਿੱਚ ਜਦੋਂ ਕੋਈ ਬੱਚੀ ਗਰਭਵਤੀ ਹੁੰਦੀ ਹੈ ਤੇ ਬੜੇ ਢੋਲ ਧਮੱਕੇ ਦੇ ਨਾਲ ਉਸ ਜਰਨੈਲ ਦੀ ਉਸ ਜਗ੍ਹਾ ਦੇ ਉੱਪਰ ਲਗਾਇਆ ਜਾਂਦਾ ਜਿੱਥੇ ਉਹਦੀ ਸ਼ਹਾਦਤ ਹੋਈ ਸੀ, ਕੇਵਲ ਸੱਜਾ ਹੱਥ ਉਹਨਾਂ ਨੇ ਨਿਸ਼ਾਨੀ ਵਜੋਂ ਉੱਥੇ ਦੱਬਿਆ ਹੋਇਆ ਤੇ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਤਿੱਤੀਆਂ ਦਾ ਬੋਧੀ ਜਿਹੜਾ ਧਾਰਮਿਕ ਆਗੂ ਹੁੰਦਾ ਹੈ, ਉਹ ਉੱਥੇ ਜਾ ਕੇ ਅਰਦਾਸ ਕਰਦਾ ਹੈ ਕਿ ਜੇ ਇਸ ਬੱਚੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ ਤਾਂ ਇਸ ਜਰਨੈਲ ਵਰਗਾ। ਇਹ ਸਾਡੇ ਜਰਨੈਲ ਸੀ, ਇਹ ਸਾਡੇ ਸੂਰਮੇ ਸੀ। ਪਰ ਜਦੋਂ ਤੁਸੀਂ ਇਹਨਾਂ ਦੇ ਸ਼ਹਾਦਤ ਦੇ ਵਰਤਾਰਿਆਂ ਨੂੰ ਵੇਖੋਗੇ, ਇਹਨਾਂ ਦੇ ਦੋ ਰੂਪ ਸਾਹਮਣੇ ਆਉਣਗੇ ਕਿ ਗੁਰੂ ਦੀ ਚੇਤਨਤਾ ਦੇ ਵਿੱਚੋਂ ਰਾਜ ਪ੍ਰਗਟ ਹੁੰਦਾ ਹੈ ਤੇ ਜਦੋਂ ਅਸੀਂ ਗੁਰੂ ਮੱਤ ਨੂੰ ਛੱਡ ਕੇ ਮਨ ਮਤ ਵਾਲੇ ਪਾਸੇ ਰਾਜ ਸੱਤਾ ਦੇ ਵਿੱਚ ਦਲਤਾਨ ਹੋ ਜਾਂਦੇ ਹਾਂ ਤੇ ਅਸੀਂ ਦੁਸ਼ਮਣ ਦੀਆਂ ਸਾਜ਼ਿਸ਼ਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਅਗਲੀ ਗੱਲ ਅਸੀਂ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਹਾਦਤ ਦੀ ਕਰੀਏ। ਉਹਨਾਂ ਦੇ ਜੀਵਨ ਦੇ ਬਾਰੇ ਬਹੁਤ ਕੁਝ ਸਾਂਝਾ ਕੀਤਾ ਗਿਆ, ਪਰ ਇੰਨਾ ਡਰ ਇੰਨਾ ਪੈ ਜਦੋਂ ਹਰੀ ਸਿੰਘ ਨਲੂਆ ਕਸ਼ਮੀਰ ਦੇ ਗਵਰਨਰ ਬਣਦੇ ਨੇ ਤੇ ਉਹਨਾਂ ਦੇ ਨਾਮ ਦੇ ਉੱਪਰ ਇੱਕ ਪਿੰਡ ਵਸਾਇਆ ਜਾਂਦਾ ਹਰੀ ਸਿੰਘਪੁਰਾ। ਅੱਜ ਵੀ ਤੁਸੀਂ 12 ਮੁੰਡੇ ਕਿਤੇ ਜਾਓਗੇ, ਪਿੰਡ ਹੈਗਾ, ਨਾਮ ਬਦਲ ਦਿੱਤਾ। ਕਸ਼ਮੀਰੀ ਭਾਸ਼ਾ ਦੇ ਵਿੱਚ ਤਰਕ ਕਿਹਾ ਜਾਂਦਾ ਸਮਾਨੀ ਬਿਜਲੀ ਨੂੰ। ਉਹਨੂੰ ਹਰੀ ਸਿੰਘ ਦੇ ਨਾਮ ਤੋਂ ਨਫ਼ਰਤ ਹੈ, ਕਹਿੰਦੇ ਉਹ ਸਮਾਨੀ ਬਿਜਲੀ ਵਰਗਾ ਤੇ ਇਸ ਨੂੰ ਤਰਕ ਸਿੰਘਪੁਰਾ ਕਿਹਾ ਜਾਂਦਾ, ਨਾਮ ਬਦਲ ਦਿੱਤਾ। ਕਹਿੰਦੇ ਉਹ ਤੇ ਸਮਾਨੀ ਬਿਜਲੀ ਬੰਘਾਉਂਦਾ ਸੀ। ਔਰ ਉਸ ਇਲਾਕੇ ਦੇ ਵਿੱਚ ਬੱਬੇ ਤੇ ਖੱਖੇ ਪਠਾਣ, ਬੱਬੇ ਉਹ ਪਠਾਣ ਜਿਹੜੇ ਬ੍ਰਾਹਮਣਾਂ ਤੋਂ ਇਸਲਾਮ ਧਰਮ ਦੇ ਵਿੱਚ ਆਏ, ਖੱਖੇ ਉਹ ਪਠਾਣ ਜਿਹੜੇ ਖੱਤਰੀਆਂ ਤੋਂ ਇਸਲਾਮ ਦੇ ਵਿੱਚ ਆਏ। ਇੱਕ ਕਿਤਾਬ ਹੈ ਉਰਦੂ ਦੇ ਵਿੱਚ, ਆਤਸ਼ੀ ਚਿਨਾਸ਼, ਆਤਸ਼ੀ ਚਿਨਾਸ਼ ਦੇ ਵਿੱਚ ਤੁਸੀਂ ਵੇਖੋਗੇ ਨਾ ਤੇ ਜਿਹੜਾ ਜੰਮੂ ਕਸ਼ਮੀਰ ਦਾ ਲੀਡਰ ਸੀ ਫਾਰੂਕ ਅਬਦੁੱਲਾ, ਉਹਦੇ ਤੇ ਜਵਾਹਰ ਲਾਲ ਨਹਿਰੂ ਦੇ ਵਡੇਰੇ ਇੱਕ ਨੇ। ਇੱਕ ਪਰਿਵਾਰ ਮੁਸਲਮਾਨਾਂ 'ਚ ਚਲਾ ਜਾਂਦਾ, ਇੱਕ ਸੈਯਦ ਇਬਰਾਹਿਮ ਸਿੰਘ ਦੇ ਕੋਲੋਂ ਇਸਲਾਮ ਧਾਰਨ ਕਰ ਲੈਂਦਾ ਤੇ ਇੱਕ ਬ੍ਰਾਹਮਣਾਂ ਵਾਲੇ ਪਾਸੇ ਰਹਿੰਦਾ। ਇਹਨਾਂ ਦੋਵਾਂ ਦੇ ਵਡੇਰੇ ਇੱਕ ਉਸ ਕਿਤਾਬ ਦੇ ਵਿੱਚ ਕਿਤੇ ਤੁਹਾਨੂੰ ਮਿਲ ਜਾਵੇ, ਉਰਦੂ ਦੇ ਵਿੱਚ ਆਤਸ਼ੀ ਚਿਨਾਸ਼ ਮੇਰੀ ਲਾਇਬ੍ਰੇਰੀ 'ਚ ਪਈ ਹੈ, ਉਹਦੇ 'ਚ ਸਾਰੇ ਪਰਿਵਾਰ ਦੀ ਹਵਾਲੇ ਦਿੱਤੀ ਗਈ। ਪਰ ਉੱਥੇ ਵੇਖਣ ਵਾਲੀ ਗੱਲ ਕੀ ਹੈ, ਵੇਖਣ ਵਾਲੀ ਗੱਲ ਇਹ ਕਿ ਜਿਹੜੇ ਉੱਥੇ ਮੁਸਲਮਾਨ ਨੇ ਜਿਹਨਾਂ ਨੂੰ ਬੰਬੇ ਤੇ ਖੱਖੇ ਪਠਾਣ ਕਿਹਾ ਜਾਂਦਾ, ਉਹ ਬ੍ਰਾਹਮਣਾਂ ਦੇ ਵਿੱਚੋਂ ਆਏ ਨੇ, ਖੱਤਰੀਆਂ ਦੇ ਵਿੱਚੋਂ ਆਏ ਨੇ ਤੇ ਜ਼ੁਲਮ ਕਿਹਦੇ ਤੇ ਕਰ ਰਹੇ ਨੇ, ਜ਼ੁਲਮ ਉਹਨਾਂ ਤੇ ਕਰ ਰਹੇ ਨੇ ਜਿਹੜੇ ਉੱਥੋਂ ਦੇ ਬ੍ਰਾਹਮਣ ਤੇ ਖੱਤਰੀ। ਪਿਛੋਕੜ ਆਉਂਦਾ ਵੀ ਉਹਨਾਂ ਦੇ ਨਾਲ ਰਲਦਾ ਹੈ। ਜਰਨੈਲ ਹਰੀ ਸਿੰਘ ਨਲੂਆ ਉੱਥੋਂ ਦਾ ਗਵਰਨਰ ਬਣਦਾ ਹੈ। ਬਹੁਤ ਸਾਰੀਆਂ ਉੱਥੇ ਜਿਹੜੀਆਂ ਵੱਡੀਆਂ ਤਬਦੀਲੀਆਂ ਆਈਆਂ ਨੇ ਸਾਨੂੰ ਇਤਿਹਾਸ ਦੇ ਵਿੱਚ ਦੱਸੀਆਂ ਗਈਆਂ। ਜਦੋਂ ਕਸ਼ਮੀਰ ਦਾ ਇਲਾਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਹੈ, ਜ਼ਬਾਰ ਖਾਨ ਦੀ ਮੌਤ ਤੋਂ ਬਾਅਦ ਉਹਦੇ 'ਤੇ ਕਬਜ਼ਾ ਕਰਨ ਤੋਂ ਬਾਅਦ, ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਜਾਂਦੀ ਹੈ, ਰਾਜ ਤੋਂ ਉਹਦੇ ਪੁੱਤਰਾਂ ਵਿੱਚ ਜੰਗ ਛਿੜਦੀ ਹੈ, ਉਸ ਜੰਗ ਦੇ ਵਿੱਚੋਂ ਫਤਿਹ ਖਾਨ ਜਿਹੜਾ ਉਹ ਰਾਜ ਸੱਤਾ 'ਤੇ ਕਾਬਜ਼ ਹੋ ਜਾਂਦਾ ਹੈ
ਉਹਦੇ ਤੋਂ ਬਾਅਦ ਸ਼ਾਹ ਸੁਜਾ ਜਿਹੜਾ ਉਹ ਭੱਜ ਕੇ ਸ਼੍ਰੀਨਗਰ ਆ ਜਾਂਦਾ ਹੈ, ਉਹਦੀ ਪਤਨੀ ਜਿਹੜੀ ਵਫਾ ਬੇਗਮ ਹੈ ਉਹ ਲਾਹੌਰ ਆ ਜਾਂਦੀ ਹੈ, ਉਹ ਲਾਹੌਰ ਆ ਕੇ ਫਕੀਰ ਅਜੀਜ਼ੂਦੀਨ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਪਤੀ ਜਿਹੜਾ ਉਹ ਸ਼ੇਰਗੜੀ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਕਸ਼ਮੀਰ ਦੇ ਗਵਰਨਰ ਜਿਹੜਾ ਜ਼ਬਾਰ ਖਾਨ ਨੇ ਕੈਦ ਕੀਤਾ ਹੋਇਆ, ਜੇਕਰ ਮੇਰੇ ਪਤੀ ਨੂੰ ਛਡਾ ਦਿਓ ਤੇ ਮੈਂ ਤੁਹਾਨੂੰ ਕੋਹਿਨੂਰ ਹੀਰਾ ਦੇ ਦਿਆਂਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਮਲਾ ਕਰਦੇ ਨੇ। ਸ਼ੇਰਗੜੀ ਦੇ ਸਮੇਂ ਜਿਹੜੀ ਜੰਗ ਹੁੰਦੀ ਹੈ ਉਸ ਜੰਗ ਦੇ ਵਿੱਚ ਉਸ ਗੜੀ ਦਾ ਜਿਹੜਾ ਫਸੀਲ ਨੂੰ ਤੋੜ ਕੇ ਪਹਿਲਾਂ ਕਿਲ੍ਹੇ ਦੇ ਵਿੱਚ ਜੱਥਾ ਦਾਖਲ ਹੁੰਦਾ ਹੈ ਉਹ ਅਕਾਲੀ ਫੂਲਾ ਸਿੰਘ ਦਾ ਜੱਥਾ। ਤੁਸੀਂ ਇਤਿਹਾਸ ਦੇ ਵਿੱਚ ਜਿੰਨੇ ਵੀ ਕਿਲ੍ਹੇ ਨੂੰ ਤੋੜ ਕੇ ਸ਼ਾਮਿਲ ਹੋਣ ਵਾਲੇ ਪਹਿਲੇ ਜੱਥਿਆਂ ਦੀ ਗੱਲ ਵੇਖੋਗੇ ਉਹ ਸਾਰੇ ਅਕਾਲੀ ਫੂਲਾ ਸਿੰਘ ਦਾ ਜੱਥਾ ਸੀ। ਔਰ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਕਿਲ੍ਹੇ ਦੀ ਫਸੀਲ ਤੋੜੀ ਜਾਂਦੀ ਸੀ ਸਭ ਤੋਂ ਪਹਿਲਾਂ ਅਕਾਲੀ ਜੱਥਾ ਅੰਦਰ ਜਾਂਦਾ ਸੀ। ਮੁਲਤਾਨ ਦੀ ਗੱਲ ਵੀ ਅਸੀਂ ਕਰਾਂਗੇ। ਸ਼ੇਰਗੜੀ ਦੇ ਵਿੱਚੋਂ ਸ਼ਾਹ ਸੁਜਾ ਨੂੰ ਰਿਹਾਅ ਕਰਾਇਆ ਗਿਆ, ਉਹਦੀ ਬੇਗਮ ਨੇ ਕੋਹਿਨੂਰ ਜਿਹੜਾ ਸੀ ਸਿੱਖਾਂ ਨੂੰ ਦੇ ਦਿੱਤਾ। ਸੋ ਉਹ ਜਿਹੜਾ ਕਸ਼ਮੀਰ ਹੈ ਜਦੋਂ ਸਿੱਖਾਂ ਦੇ ਕੋਲ ਆਉਂਦਾ ਹੈ, ਬੇਸ਼ੱਕ ਉੱਥੇ ਗਵਰਨਰ ਬਦਲੇ ਗਏ, ਕਰਨਲ ਮੀਆਂ ਸਿੰਘ ਰਹੇ, ਹਰੀ ਸਿੰਘ ਨਲੂਆ ਰਿਹਾ, ਪਰ ਸਾਨੂੰ ਇਤਿਹਾਸ ਇਹ ਨਹੀਂ ਦੱਸਿਆ ਜਾਂਦਾ ਕਿ ਪਸ਼ਮੀਨੇ ਤੋਂ ਲੈ ਕੇ ਡਰਾਈ ਫਰੂਟ ਤੱਕ ਜਿੰਨਾ ਵਪਾਰ ਦਾ ਵੱਡੇ ਪੱਧਰ ਦੇ ਉੱਪਰ ਕੰਮ ਉਸ ਸਮੇਂ ਹੋਇਆ ਕਦੀ ਵੀ ਕਿਸੇ ਰਾਜ ਸਮੇਂ ਨਹੀਂ ਸੀ ਹੋਇਆ। ਜਿੰਨੇ ਲੋਕੀ ਖੁਸ਼ਹਾਲ ਹੋਏ, ਜਿੰਨੇ ਵਪਾਰਕ ਸੰਬੰਧ ਪੈਦਾ ਹੋਏ ਚੀਨ ਦੇ ਨਾਲ, ਵਪਾਰਕ ਸੰਬੰਧ ਪੈਦਾ ਹੋਏ ਰੂਸ ਦੇ ਨਾਲ, ਪਸ਼ਮੀਨੇ ਦਾ ਵਪਾਰ ਸ਼ੁਰੂ ਹੋਇਆ, ਉਸ ਸਾਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਇਹ ਸਾਨੂੰ ਇਤਿਹਾਸ ਨਹੀਂ ਪੜਾਇਆ ਜਾਂਦਾ। ਉਹਦਾ ਕਾਰਨ ਪਤਾ ਕੀ ਹੈ? ਸਾਡੇ ਮਨ ਦੇ ਵਿੱਚ ਇੱਕ ਬਰਦਾਸ਼ਤ ਸਿਰਜਿਆ ਜਾ ਰਿਹਾ। ਉਹ ਤੁਸੀਂ ਬਹੁਤ ਜਗ੍ਹਾ ਤੇ ਆਪਸ 'ਚ ਬਹਿ ਕੇ ਬੋਲਦੇ ਹੋ, ਸਿੱਖ ਰਾਜ ਲੈ ਸਕਦੇ, ਰਾਜ ਕਰ ਨਹੀਂ ਸਕਦੇ, ਕਿਹਾ ਜਾਂਦਾ ਜੀ। ਇਹ ਬਿਲਕੁਲ ਗਲਤ ਘੜਿਆ ਬਰਦਾਸ਼ਤ ਹੈ ਜਿਹੜਾ ਸਾਡੇ ਮਨ ਦੇ ਵਿੱਚੋਂ ਰਾਜ ਸੱਤਾ ਨੂੰ ਕੱਢਣ ਦੇ ਵਾਸਤੇ ਵਰਤਿਆ ਜਾਂਦਾ ਹੈ। ਕਦੀ ਵੀ ਇਹ ਨਹੀਂ ਦੱਸਿਆ ਜਾਂਦਾ ਕਿ ਦੁਨੀਆਂ ਦੇ ਵਿੱਚ ਰਾਜ ਲਿਆ ਵੀ ਸਿੱਖਾਂ ਨੇ ਤੇ ਸਭ ਤੋਂ ਵਧੀਆ ਰਾਜ ਕਰਕੇ ਵੀ ਸਿੱਖਾਂ ਨੇ ਦੱਸਿਆ। ਇਹ ਬਰਦਾਸ਼ਤ ਨਹੀਂ ਪੈਦਾ ਕੀਤਾ ਜਾਂਦਾ। ਸਾਡੇ ਬੱਚਿਆਂ ਨੂੰ ਮਨ ਤਰੀਕੇ ਨਾਲ ਘਰ ਕਰ ਦਿੱਤੀ ਗਈ ਹੈ, ਸਿੱਖ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ। ਕਿ ਜਦੋਂ ਸਾਰਾ ਹਿੰਦੁਸਤਾਨ ਗੁਲਾਮ ਸੀ ਸਿੱਖਾਂ ਨੇ ਤਾਂ ਉਦੋਂ ਵੀ ਰਾਜ ਕੀਤਾ, ਔਰ ਅੱਜ ਵੀ ਜਦੋਂ ਰਾਜਾਂ ਦਾ ਅਧਿਐਨ ਹੁੰਦਾ ਹੈ, ਆ ਪਿੱਛੇ ਜਿਹੇ ਆਸਟ੍ਰੇਲੀਆ ਦੇ ਵਿੱਚ ਹੋਇਆ ਕਿ ਦੁਨੀਆਂ ਦਾ ਸਭ ਤੋਂ ਵਧੀਆ ਰਾਜ ਕਿਹੜਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੈ। 40 ਸਾਲਾਂ ਦੇ ਵਿੱਚ 2 ਵਾਰੀ ਸੋਕੇ ਦੇ ਕਰਕੇ ਅਕਾਲ ਪਿਆ। ਦੁਨੀਆਂ ਦੇ ਰਾਜਾਂ ਦੇ ਵਿੱਚ ਅਕਾਲ ਪੈਂਦੇ ਸੀ, ਜਿਸ ਦੀਆਂ ਕੀਮਤਾਂ ਵੱਧ ਜਾਂਦੀਆਂ ਸੀ, ਸ਼ੇਰੇ ਪੰਜਾਬ ਦੇ ਰਾਜ ਵਿੱਚ ਅਕਾਲ ਪੈਂਦਾ ਸੀ ਸੋਕੇ ਦੇ ਕਰਕੇ, ਤੇ ਸ਼ੇਰੇ ਪੰਜਾਬ ਆਪਣੇ ਭੰਡਾਰਿਆਂ ਦੇ ਜਿਹੜੇ ਦਰਵਾਜ਼ੇ ਸੀ ਖੋਲ ਦਿੰਦਾ ਸੀ ਕਿ ਸਭ ਕੁਝ ਫ੍ਰੀ ਕਰ ਦਿੰਦਾ ਸੀ। ਵੱਖਰੀ ਗੱਲ ਸੀ, 40 ਸਾਲਾਂ ਦੇ ਵਿੱਚ ਇੱਕ ਵੀ ਫਿਰਕੂ ਦੰਗਾ ਨਹੀਂ, ਭਾਵੇਂ ਕਿ ਰਾਜ ਕਰਨ ਵਾਲੀ ਧਿਰ ਦੀ ਗਿਣਤੀ ਘੱਟ ਹੈ ਤੇ ਰਾਜ ਦੇ ਵਿੱਚ ਰਹਿਣ ਵਾਲੇ ਮੁਸਲਮਾਨਾਂ ਤੇ ਹਿੰਦੂਆਂ ਦੀ ਗਿਣਤੀ ਜ਼ਿਆਦਾ, ਇੱਕ ਵੀ ਫਿਰਕੂ ਦੰਗਾ। ਉਹ ਕਿਸ ਤਰ੍ਹਾਂ ਦੇ ਨਾਲ ਇਹਨਾਂ ਮਸਲਿਆਂ ਨੂੰ ਹੱਲ ਕਰਦਾ ਸੀ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਹਰੀ ਸਿੰਘ ਨਲੂਆ ਇੱਕ ਪਿੰਡ ਦੀ ਪੰਚਾਇਤ ਨੂੰ ਲੈ ਕੇ ਆਇਆ। ਉਸ ਪੰਚਾਇਤ ਦੇ ਵਿੱਚ ਹਿੰਦੂ ਵੀ ਨਹੀਂ ਤੇ ਸਿੱਖ ਵੀ ਨਹੀਂ, ਮਸਲੇ ਉਦੋਂ ਵੀ ਪੈਦਾ ਹੁੰਦੇ ਸੀ। ਅੱਜ ਤਾਂ ਜਿਸ ਤਰ੍ਹਾਂ ਦਾ ਸਟੇਟ ਦਾ ਨੈਰੇਟਿਵ ਆ, ਅੱਜ ਤੇ ਮਾੜਾ ਜਿਹਾ ਧਾਰਮਿਕ ਮਸਲਾ ਪੈਦਾ ਹੁੰਦਾ, ਹਿਜਾਬ ਤੇ ਪਾਬੰਦੀ ਲਾ ਦਿਓ, ਬੱਚੇ ਕਕਾਰ ਪਾ ਕੇ ਕਿਸੇ ਪ੍ਰੀਖਿਆ ਕੇਂਦਰ 'ਚ ਨਹੀਂ ਜਾ ਸਕਦੇ। ਇਹ ਧਰਮਾਂ ਦੇ ਮਸਲੇ ਰਣਜੀਤ ਸਿੰਘ ਦੇ ਸਾਹਮਣੇ ਵੀ ਪੈਦਾ ਹੁੰਦੇ ਹੋਣਗੇ, ਹੁੰਦੇ ਹੋਣਗੇ, ਪਰ ਉਹ ਸਿਆਣਾ ਜਰਨੈਲ ਸੀ, ਉਹ ਹੱਲ ਕਿਵੇਂ ਕਰਦਾ ਸੀ? ਹਰੀ ਸਿੰਘ ਨਲੂਆ ਦੇ ਕੋਲ ਇੱਕ ਪੰਚਾਇਤ ਆਉਂਦੀ ਹੈ, ਪੰਚਾਇਤ ਲੈ ਕੇ ਹਰੀ ਸਿੰਘ ਨਲੂਆ ਦਰਬਾਰੇ ਆਮ ਦੇ ਵਿੱਚ ਰਣਜੀਤ ਸਿੰਘ ਦੇ ਕੋਲ ਜਾਂਦਾ ਹੈ। ਉਸ ਪੰਚਾਇਤ ਦੇ ਵਿੱਚ ਪਿੰਡ ਦੇ ਹਿੰਦੂ ਤੇ ਸਿੱਖ ਨੇ, ਸ਼ਿਕਾਇਤ ਕੀ ਹੈ ਕਿ ਇਸ ਪਿੰਡ ਦੇ ਵਿੱਚ ਕੁਝ ਮੁਸਲਮਾਨ ਰਹਿੰਦੇ ਨੇ ਤੇ ਉਹ ਮੁਸਲਮਾਨ ਜਦੋਂ ਸਵੇਰ ਦੀ ਨਮਾਜ਼ੇ ਫਜ਼ਰ ਤੋਂ ਪਹਿਲਾਂ ਅਜ਼ਾਨ ਪੜ੍ਹਦੇ ਨੇ ਨਾ, ਜਿਹਨੂੰ ਅਸੀਂ ਕਹਿੰਦੇ ਬਾਂਗ ਦਿੰਦੇ ਨੇ, ਜਦੋਂ ਉਹਨਾਂ ਦਾ ਮੌਜ਼ਮ ਜਿਹੜਾ ਅਜ਼ਾਨ ਦਿੰਦਾ ਹੈ, ਬਾਂਗ ਦਿੰਦਾ ਹੈ, ਸਾਡੀ ਨੀਂਦ ਖੁੱਲ ਜਾਂਦੀ ਹੈ। ਇਹਨਾਂ ਦੀ ਅਜ਼ਾਨ ਤੇ ਪਾਬੰਦੀ ਲਗਾਈ ਗਈ। ਸ਼ੇਰੇ ਪੰਜਾਬ ਤੇ ਹਰੀ ਸਿੰਘ ਨਲੂਆ ਆਪਸ ਸਲਾਹ ਕਰਦੇ ਨੇ, ਕਹਿੰਦੇ ਨੇ ਦੂਜੀ ਧਿਰ ਨੂੰ ਸੁਣਨ ਤੋਂ ਬਿਨਾਂ ਫੈਸਲਾ ਨਹੀਂ ਸੁਣਾਇਆ ਜਾਂਦਾ, ਕੱਲ੍ਹ ਦੂਜੀ ਧਿਰ ਵੀ ਬੁਲਾਈ ਜਾਵੇ, ਦੂਜੀ ਧਿਰ ਵੀ ਬੁਲਾ ਲਈ ਜਾਂਦੀ। ਮੁਸਲਮਾਨਾਂ ਨੂੰ ਪੁੱਛਿਆ ਜਾਂਦਾ ਜੀ ਤੁਹਾਡੇ ਬਾਰੇ ਆਹ ਸ਼ਿਕਾਇਤ ਆਈ ਹੈ, ਕਹਿੰਦੇ ਬਿਲਕੁਲ, ਅਸੀਂ ਸਵੇਰ ਦੀ ਨਮਾਜ਼ ਫਜ਼ਰ ਤੋਂ ਪਹਿਲਾਂ ਅਜ਼ਾਨ ਦਿੰਦੇ ਹਾਂ, ਬਾਗ ਦਿੰਦੇ ਹਾਂ ਕਿ ਜਿਹੜੇ ਭਰਾ ਸਾਡੇ ਸੁੱਤੇ ਨੇ ਉੱਠ ਕੇ ਖੁਦਾ ਦੀ ਬੰਦਗੀ ਕਰਨ। ਰਣਜੀਤ ਸਿੰਘ ਪੁੱਛਦਾ ਕਿ ਪ੍ਰਯੋਜਨ ਧਾਰਮਿਕ ਹੈ ਕਿ ਲੋਕਾਂ ਨੂੰ ਜਗਾਉਣਾ? ਕਹਿੰਦਾ ਕੇਵਲ ਤੇ ਕੇਵਲ ਅਜ਼ਾਨ ਦਾ ਪ੍ਰਯੋਜਨ ਹੈ ਲੋਕਾਂ ਨੂੰ ਜਗਾਉਣਾ। ਕਹਿੰਦਾ ਫਿਰ ਇੰਝ ਕਰਦੇ ਹਾਂ, ਅੱਜ ਤੋਂ ਅਜ਼ਾਨ ਦੇਣੀ ਬੰਦ, ਆਹ ਜਿਹੜੇ ਮੁਸਲਮਾਨ ਤੇ ਸਿੱਖ ਨੇ ਨਾ ਇਹ ਸਵੇਰੇ ਮਤਲਬ ਇਹਦੇ ਘਰ ਘਰ ਜਾ ਕੇ ਤੁਹਾਨੂੰ ਜਗਾ ਦਿਆ ਕਰਨਗੇ ਕਿ ਉੱਠ ਕੇ ਨਮਾਜ਼ ਪੜ੍ਹੋ। ਤੇ ਸਾਰੇ ਖਲੋਤੇ ਕਹਿੰਦੇ ਨਹੀਂ ਜੀ ਇਹ ਕੰਮ ਨਹੀਂ ਨਿਭਾਇਆ ਜਾਣਾ, ਇਹਨਾਂ ਨੂੰ ਕਹਿ ਦਿਓ ਅਜ਼ਾਨ ਦੇ ਜਾਣਾ। ਇਹ ਉਸ ਜਨਰੈਲ ਦੇ ਵਿੱਚ ਖੂਬੀਆਂ ਸੀ, ਇਹ ਉਹਦਾ ਮਸਲਿਆਂ ਨੂੰ ਹੱਲ ਕਰਨ ਦਾ ਤਰੀਕਾ ਸੀ, ਬੜਾ ਸਿੰਪਲ ਜਿਹਾ ਤੇ ਸਾਦਾ ਜਿਹਾ, ਜਿਹਦੇ ਕਰਕੇ ਅੱਜ ਵੀ ਇਸ ਗੱਲ ਦੇ ਉੱਪਰ ਤਜਨ ਕੀਤੇ ਜਾਂਦੇ ਨੇ ਕਿ 40 ਸਾਲ ਦੇ ਰਾਜ ਦੇ ਵਿੱਚ ਘੱਟ ਗਿਣਤੀ ਰਾਜ ਕਰ ਰਹੀ ਹੋਵੇ, ਬਹੁ ਗਿਣਤੀ ਰਾਜ 'ਚ ਰਹਿ ਰਹੇ ਹੋਣ, ਇੱਕ ਵੀ ਫਿਰਕੂ ਦੰਗਾ ਨਾ ਹੋਵੇ, 40 ਸਾਲਾਂ ਦੇ ਵਿੱਚ ਕਿਸੇ ਇੱਕ ਵੀ ਬੰਦੇ ਨੂੰ ਸਜਾਏ ਮੌਤ ਨਾ ਦਿੱਤੀ ਜਾਵੇ, ਇਹਦਾ ਰਾਜ ਕਿਹੜਾ? ਮੈਂ ਤੁਹਾਨੂੰ ਸਾਰੇ ਕਿਲ੍ਹਿਆਂ ਦੀ ਗੱਲ ਕਰਾ ਕੇ ਦੱਸ ਦਿੰਦਾ। ਅੰਗਰੇਜ਼ਾਂ ਨੇ ਜਿਨ੍ਹਾਂ ਵੀ ਲੋਕਾਂ ਦੀਆਂ ਰਿਆਸਤਾਂ ਤੇ ਕਬਜ਼ਾ ਕੀਤਾ, ਉਹਨਾਂ ਰਿਆਸਤਾਂ ਦੇ ਵਾਰਸ ਜਿਹੜੇ ਨੇ ਪਠਾਰੀ ਬਣ ਕੇ ਮਰੇ ਨੇ, ਉਹ ਚਾਹੇ ਤੁਸੀਂ ਦਿੱਲੀ ਦੇ ਬਾਬਰ ਦੇ ਖਾਨਦਾਨ ਨੂੰ ਵੇਖ ਲਓ, ਅੱਜ ਵੀ ਔਰੰਗਜ਼ੇਬ ਦੇ ਖਾਨਦਾਨ ਦੇ ਵਿੱਚ ਰਿਕਸ਼ਾ ਚਲਾ ਕੇ ਗੁਜ਼ਾਰਾ ਕਰ ਰਹੇ ਨੇ,
ਜਿੰਨੇ ਵੀ ਅੰਗਰੇਜ਼ਾਂ ਨੇ ਕਬਜ਼ੇ ਕੀਤੇ ਨੇ ਉਹਨਾਂ ਇਲਾਕਿਆਂ ਰਿਆਸਤਾਂ ਦੇ ਜਿਹੜੇ ਵਾਰਸ ਨੇ ਪਠਾਰੀ ਬਣਾ ਦਿੱਤੇ। ਰਣਜੀਤ ਸਿੰਘ ਨੇ ਜਿਸ ਵੀ ਇਲਾਕੇ 'ਤੇ ਕਬਜ਼ਾ ਕੀਤਾ ਉਹਨੇ ਸ਼ੇਰਗੜ੍ਹੀ 'ਤੇ ਕਬਜ਼ਾ ਕੀਤਾ, ਜ਼ਬਾਰ ਖਾਨ ਨੂੰ ਜਿੱਤ ਕੇ ਜ਼ਮੀਨ ਦਿੱਤੀ। ਉਹਨੇ ਮੁਲਤਾਨ 'ਤੇ ਕਬਜ਼ਾ ਕੀਤਾ, ਮੁਜ਼ੱਫਰ ਖਾਨ ਅਤੇ ਉਹਦਾ ਪੁੱਤਰ ਜਿਹੜਾ ਸੀਗਾ ਸਰਫਰਾਜ਼ ਖਾਨ ਮਾਰਿਆ ਗਿਆ, ਪਰ ਉਹਦੇ ਦੋ ਪੁੱਤਰ ਜਿੰਦੇ ਸੀ, ਜ਼ੁਲਫਖਾਰ ਅਲੀ ਖਾਨ ਅਤੇ ਸ਼ਾਹ ਜ਼ਮਾਨ, ਉਹਨਾਂ ਦੋਵਾਂ ਨੂੰ ਜ਼ਮੀਨ ਦਿੱਤੀ। ਉਹਨੇ ਕਸੂਰ 'ਤੇ ਕਬਜ਼ਾ ਕੀਤਾ, ਉਹਨੇ ਕੁਤਬ ਖਾਨ ਨੂੰ ਜ਼ਮੀਨ ਦਿੱਤੀ। ਉਹਨੇ ਪਿਸ਼ਾਵਰ 'ਤੇ ਕਬਜ਼ਾ ਕੀਤਾ, ਉਹਨੇ ਯਾਰ ਮੁਹੰਮਦ ਖਾਨ ਨੂੰ ਜ਼ਮੀਨ ਦਿੱਤੀ। ਉਹਨੇ ਜਿਸ ਵੀ ਰਿਆਸਤ ਦੇ ਉੱਪਰ ਕਬਜ਼ਾ ਕੀਤਾ ਉਸ ਰਿਆਸਤ ਦੇ ਵਾਰਸਾਂ ਨੂੰ ਪਠਾਰੀ ਵੀ ਬਣਾਇਆ, ਉਹਨਾਂ ਨੂੰ ਰਾਜੇ ਦੇਣ ਦਿੱਤਾ। ਇਹ ਰਣਜੀਤ ਸਿੰਘ ਦੇ ਰਾਜ ਦੀਆਂ ਖੂਬੀਆਂ ਸੀ। ਸੋ ਹਰੀ ਸਿੰਘ ਨਲੂਏ ਨੇ ਉਸ ਇਲਾਕੇ 'ਚ ਬਹੁਤ ਸਾਰਾ ਵਿਸਥਾਰ ਕੀਤਾ। ਜਮਰੌਲ ਦੇ ਵਿੱਚ ਹਰੀ ਸਿੰਘ ਨਲੂਏ ਦੀ ਜਿਹੜੀ ਸ਼ਹਾਦਤ ਦੀ ਗੱਲ ਹੈ, ਉਹਨਾਂ ਤੱਥਾਂ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਅਖਬਾਰ ਰਿਲੀਜ਼ ਹੈ, ਜਿਹੜੀ ਖਬਰ ਆਈ ਦਰਬਾਰ ਵਿੱਚ, ਉਹਦੇ 'ਚ ਲਿਖਿਆ ਹੈ ਕਿ ਜਰਨੈਲ ਨੂੰ ਤਲਵਾਰ ਦਾ ਹੱਕ ਬਚਾ, ਗੋਲੀ ਦਾ ਜ਼ਿਕਰ ਨਹੀਂ ਹੈ। ਦੂਸਰੇ ਪਾਸੇ ਇੱਕ ਉਸ ਵੇਲੇ ਦੀ ਲਿਖਤ ਸਾਹਮਣੇ ਆਉਂਦੀ ਹੈ ਕਿ ਜਿਸ ਵੇਲੇ ਉਸ ਜਰਨੈਲ ਕਰਾਬੀਨ ਦੀਆਂ ਗੋਲੀਆਂ ਵੱਜੀਆਂ ਅਤੇ ਉਹ ਘੋੜੇ ਦੇ ਉੱਪਰ ਮੂਧੇ ਮੂੰਹ ਡਿੱਗਾ ਅਤੇ ਉਹਨੇ ਸਾਹਮਣੇ ਸੰਜੋਗ ਪਹਿਨੀ ਹੋਈ ਸੀ। ਜੇ ਸਾਹਮਣੇ ਸੰਜੋਗ ਪਹਿਨੀ ਹੋਈ ਸੀ ਤਾਂ ਇਹਦਾ ਮਤਲਬ ਗੋਲੀਆਂ ਪਿੱਠ 'ਚ ਵੱਜੀਆਂ, ਕਿਉਂਕਿ ਸਾਹਮਣੇ ਪਾਸੇ ਤੋਂ ਫਿਰ ਇੰਨਾ ਨੁਕਸਾਨ ਨਹੀਂ ਸੀ ਹੋਣਾ। ਉਹ ਤੋਂ ਅਗਲੀ ਗੱਲ ਕਿ ਇੱਕ ਅੰਗਰੇਜ਼ ਅਮਰੀਕਾ ਦਾ ਸਿਪਾਹੀ ਜਿਹੜਾ ਰਣਜੀਤ ਸਿੰਘ ਦੇ ਰਾਜ 'ਚੋਂ ਕੱਢਿਆ ਹੋਇਆ ਸੀ ਮਿਸਟਰ ਹਾਰਮਨ, ਉਹਦੀ ਇੱਕ ਚਿੱਠੀ ਹੈ ਕਾਰਬਨ ਦੇ ਨਵਾਬ ਨੂੰ, ਕਹਿੰਦਾ ਕਿ ਅੱਜ ਮੈਂ ਤੇਰਾ ਦੁਸ਼ਮਣ ਜਿਹੜਾ ਸੀ ਉਹਨੂੰ ਮਾਰਨ ਦੀ ਖੁਸ਼ੀ ਮਨਾ ਰਿਹਾ, ਹਰੀ ਸਿੰਘ ਨਲੂਏ ਦੀ ਸ਼ਹਾਦਤ ਦੇ ਬਾਰੇ। ਤੀਜਾ, ਡੋਗਰਿਆਂ ਦੇ ਵਿੱਚੋਂ ਖੁਸ਼ਹਾਲ ਸਿੰਘ ਦਾ ਇੱਕ ਸਿਪਾਹੀ ਵਿਜੇ ਸਿੰਘ ਜਿਹੜਾ ਉਹ ਦੋਸਤ ਮੁਹੰਮਦ ਖਾਨ ਨੂੰ ਚਿੱਠੀ ਲਿਖਦਾ, ਕਹਿੰਦਾ ਡੋਗਰਿਆਂ ਦਾ ਅਤੇ ਮੁਸਲਮਾਨਾਂ ਦਾ ਸਾਂਝਾ ਦੁਸ਼ਮਣ ਹਰੀ ਸਿੰਘ ਨਲੂਆ ਮਾਰ ਦਿੱਤਾ ਗਿਆ। ਸੋ ਇਹ ਜਿਹੜੇ ਉਸ ਵੇਲੇ ਇਤਿਹਾਸ ਦੇ ਪ੍ਰਮਾਣ ਨੇ ਉਹਨਾਂ ਦੇ ਵਿੱਚੋਂ ਸਮਝਣ ਦਾ ਅਸੀਂ ਯਤਨ ਕਰੀਏ ਕਿ ਹਰੀ ਸਿੰਘ ਨਲੂਏ ਦੀ ਜਿਹੜੀ ਸ਼ਹਾਦਤ ਹੈ ਉਹਦੇ ਪਿੱਛੇ ਵੀ ਇੱਕ ਸਾਜਿਸ਼ ਸੀ। ਉਹ ਬਿਲਕੁਲ ਉਸੇ ਤਰ੍ਹਾਂ ਦੀ ਸਾਜਿਸ਼ ਜਦੋਂ ਸਭਰਾਵਾਂ ਦੀ ਜੰਗ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਆਉਂਦਾ, ਇੱਕ ਪਾਸੇ ਉਹਦੇ ਤਿੰਨ ਜਰਨੈਲ ਜਿਹੜੇ ਤਿੰਨ ਪਾਸਿਆਂ ਤੋਂ ਘੇਰ ਕੇ ਖੜੇ ਦੇ ਪਿੱਛੇ ਦਰਿਆ ਹੈ, ਉਹਦਾ ਸੱਜਾ ਖੱਬਾ ਦੇ ਵਿੱਚ ਕਾਹਲਾ ਪਾਸਾ ਅੰਗਰੇਜ਼ ਫੌਜ ਨੇ ਘੇਰਿਆ ਹੋਇਆ, ਇੱਕ ਪਾਸੇ ਮਿਸਟਰ ਗਿਲਬਰਟ ਹੈ, ਇੱਕ ਪਾਸੇ ਅੰਗਰੇਜ਼ ਉਸ ਵੇਲੇ ਦਾ ਜਰਨੈਲ ਮਿਸਟਰ ਗਫ ਹੈ ਅਤੇ ਇੱਕ ਪਾਸੇ ਹੈਰੀ ਸਮਿਥ ਹੈ। ਇਹਨਾਂ ਸਾਰੀਆਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਤਾਂ ਸ਼ਾਮ ਸਿੰਘ ਅਟਾਰੀ ਦੀਆਂ ਫੌਜਾਂ ਨਾਲ ਲੜ ਰਹੀਆਂ ਨੇ ਅਤੇ ਤੀਜਾ ਸਿੰਘ ਅਤੇ ਲਾਲ ਸਿੰਘ ਜਿਹੜੇ ਨੇ ਉਸ ਵੇਲੇ ਦਾ ਜਿਹੜਾ ਹੈਨਰੀ ਲਾਰੈਂਸ ਜਿਹੜਾ ਉਸ ਵੇਲੇ ਦਾ ਰੈਜੀਡੈਂਟ ਹੈ ਉਹਦੇ ਦਫ਼ਤਰ ਦੇ ਵਿੱਚ ਬੈਠੇ ਨੇ ਅਤੇ ਜਾ ਕੇ ਸੂਚਨਾ ਵੀ ਦੇ ਰਹੇ ਨੇ ਕਿ ਸਿੱਖ ਫੌਜਾਂ ਦਾ ਬਰੂਦ ਜਿਹੜਾ ਉਹ ਸਰੋਂ ਦੇ ਵਿੱਚ ਬਦਲ ਦਿੱਤਾ ਗਿਆ ਅਤੇ ਜਦੋਂ ਫੌਜਾਂ ਦਰਿਆ ਪਾਰ ਕਰਕੇ ਲੰਘਣਗੀਆਂ ਅਸੀਂ ਜਿਹੜਾ ਬੋੜੀਆਂ ਬੇੜੀਆਂ ਦਾ ਬੋਲਿਆ ਬਰੂਦ ਨਾਲ ਉਡਾ ਦੇਵਾਂਗੇ ਅਤੇ ਤੁਸੀਂ ਸਿੱਖ ਫੌਜਾਂ ਨੂੰ ਖਤਮ ਕਰ ਦਿਓ। ਉਹੀ ਕੁਝ ਹੋਇਆ। ਸ਼ਾਮ ਸਿੰਘ ਅਟਾਰੀ ਦੇ ਨਾਲ ਦੀਆਂ ਫੌਜਾਂ ਨੇ ਜਦੋਂ ਪੁਲ ਪਾਰ ਕੀਤਾ ਹੈ, ਬੇੜੀਆਂ ਦਾ ਪੁਲ ਬਣਾ ਕੇ ਫੌਜਾਂ ਮੈਦਾਨੀ ਜੰਗ 'ਚ ਜੂਝ ਰਹੀਆਂ ਨੇ, ਜਦੋਂ ਅੰਗਰੇਜ਼ਾਂ ਦੀਆਂ ਤੋਪਾਂ ਚੱਲੀਆਂ ਨੇ ਪਹਿਲਾਂ ਤਾਂ ਮੁਕਾਬਲਾ ਕੀਤਾ, ਜਦੋਂ ਬਾਅਦ ਵਿੱਚ ਬਰੂਦ ਦੀਆਂ ਪੇਟੀਆਂ ਖੁੱਲ੍ਹੀਆਂ ਗਈਆਂ, ਬਰੂਦ ਦੀ ਜਿਹੜਾ ਸਰੋਂ ਨਿਕਲੀ ਵਿੱਚ ਬਰੂਦ ਹੈ ਨਹੀਂ ਸੀ, ਤਲਵਾਰਾਂ ਸੂਟ ਕੇ ਲੜੇ ਨੇ ਮੈਦਾਨੀ ਜੰਗ ਵਿੱਚ ਸੂਰਮੇ, ਅਤੇ ਜਿਨ੍ਹਾਂ ਨੇ ਵਾਪਸ ਆਉਣ ਦੇ ਬਾਰੇ ਸੋਚਿਆ ਕਿ ਫਿਰ ਮੈਦਾਨੀ ਜੰਗ ਵਿੱਚ ਜੂਝਣ ਦੇ ਵਾਸਤੇ ਅਸੀਂ ਕੋਈ ਜ਼ਮੀਨ ਅਤੇ ਧਰਾਤਾਂ ਤਿਆਰ ਕਰਾਂਗੇ, ਜਦੋਂ ਵਾਪਸ ਆਉਣ ਲੱਗੇ ਹੈ ਤਾਂ ਉਸ ਵੇਲੇ ਜਿਹੜਾ ਬੇੜੀਆਂ ਦਾ ਪੁਲ ਸੀ ਉਹ ਤੀਜਾ ਸਿੰਘ ਅਤੇ ਲਾਲ ਸਿੰਘ ਨੇ ਬਣਾ ਦਿੱਤਾ। ਇਹਨਾਂ ਸਾਰਿਆਂ ਵਰਤਾਰਿਆਂ ਦੇ ਵਿੱਚ ਵੇਖਣ ਦਾ ਯਤਨ ਤਾਂ ਕਰੀਏ। ਸ਼ੇਰ ਸਿੰਘ ਦੀ ਅਸੀਂ ਮੈਂ ਤਕਲ ਨਹੀਂ ਕੀਤਾ, ਸ਼ਹਾਦਤ ਦੀ ਗੱਲ ਕਰਦੇ ਹਾਂ ਬਟਾਲੇ ਜਿਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ, ਅਤੇ ਸ਼ੇਰ ਸਿੰਘ ਨੂੰ ਮਾਰਨ ਦੇ ਵਾਸਤੇ ਜਿਹੜੀ ਕਾਰਵਾਈ ਦਿੱਤੀ ਗਈ ਕਲਕੱਤੇ ਦੇ ਵਿੱਚ ਅੰਗਰੇਜ਼ਾਂ ਨੇ ਦਿੱਤੀ ਹੈ, ਅੱਜ ਸਾਡੇ ਕੋਲ ਤੱਥ ਮੌਜੂਦ ਨੇ। ਸੋ ਜਿਹੜੇ ਸਾਡੇ ਰਾਜ ਦੇ ਇੰਨੇ ਵੱਡੇ ਥੰਮ ਡਿੱਗੇ ਉਹਨਾਂ ਦੇ ਪਿੱਛੇ ਅਚੇਤਨ ਮਨ ਦੇ ਵਿੱਚ ਸਾਡੀਆਂ ਅਣਗਹਿਲੀ ਦੇ ਵਿੱਚੋਂ ਜਿਹੜੀਆਂ ਨਿਕਲੀਆਂ ਘਟਨਾਵਾਂ ਨੇ ਉਹਨਾਂ ਨੂੰ ਵੇਖਣਾ ਬਹੁਤ ਜ਼ਰੂਰੀ। ਸੋ ਸ਼ਹਾਦਤਾਂ ਦੀ, ਇਹਨਾਂ ਵਰਤਾਰਿਆਂ ਦੀ, ਸਟੇਟ ਦੀ, ਚੇਤਨਤਾ ਦੀ, ਗੁਰਮਤ ਵਿਚਾਰਧਾਰਾ ਦੀ, ਰਾਜ ਦੀ ਸੱਤਾ ਦੇ ਸੰਕਲਪ ਦੀ ਗੱਲ ਤਾਂ ਚੱਲਦੀ ਰਹੇਗੀ, ਪਰ ਮੇਰੇ ਵੀਰੋ ਖਾਸ ਕਰਕੇ ਮੇਰੇ ਵਿਦਿਆਰਥੀ ਭੈਣੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਰਾਜ ਸੱਤਾ ਦੇ ਉੱਪਰ ਕਾਬਜ਼ ਹੁੰਦੇ ਹੋ ਅਤੇ ਸਟੇਟ ਦੇ ਖਿਲਾਫ਼ ਜਿਹੜੀਆਂ ਪਾਲਸੀਜ਼ ਹੁੰਦੀਆਂ ਨੇ, ਜਿਹੜੀ ਇੱਕ ਖਾਸ ਤੇ ਤੁਹਾਡੇ ਰਾਜ ਨੂੰ ਸੁੱਟ ਵੀ ਨਹੀਂ ਹੁੰਦੀ ਅਤੇ ਬਦਨਾਮ ਵੀ ਕਰਦੀ ਹੁੰਦੀ ਹੈ। ਮੈਂ ਤੁਹਾਨੂੰ ਹੋਰ ਉਦਾਹਰਣ ਦਿੰਦਾ, ਵਕਤ ਮੈਂ ਜ਼ਿਆਦਾ ਨਹੀਂ ਲੈ, ਚਲੋ ਜੀ ਦੋ ਮਿੰਟਾਂ ਦੇ ਸਵਾਲ ਤੋਂ ਕਹਿੰਦਾ ਸਿਰ ਇੱਕ ਉਦਾਹਰਣ ਦੇ, ਇੰਟਰਨੈਟ ਖੋਲ੍ਹੇ ਹੋ, ਕੱਲ੍ਹ ਪਾਸੋਂ ਦਾ ਇੱਕ ਬੀਜੇਪੀ ਦੀ ਸਾਧਵੀ ਜਿਹੜੀ ਹੈ ਉਹ ਇੱਕ ਬਿਆਨ ਦੇ ਰਹੀ ਹੈ ਕਿ 1947 ਦੇ ਵਿੱਚ ਜੰਮੂ ਕਸ਼ਮੀਰ ਦੇ ਉੱਪਰ ਜਦੋਂ ਕਬਾਇਲੀਆਂ ਨੇ ਹਮਲਾ ਕੀਤਾ ਅਤੇ ਆਰ ਐੱਸ ਐੱਸ ਦੇ ਵਰਕਰਾਂ ਨੇ ਸਿੱਖਾਂ ਦੀ ਜਾਨ ਬਚਾਈ। ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਖੋਲ੍ਹਣਾ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਬਹੁਤ ਸਾਰਾ ਧਨ ਜਿਹੜਾ ਰਣਜੀਤ ਸਿੰਘ ਦਾ ਸੀ, ਹਾਲਾਂਕਿ ਇਹ ਵੀ ਇੱਕ ਮਿਸਾਲ ਹੈ ਕਿ ਸਭ ਤੋਂ ਵੱਧ ਜੇਕਰ ਕਿਸੇ ਅੰਗਰੇਜ਼ ਫੌਜ ਨੂੰ ਜਾਂ ਈਸਟ ਇੰਡੀਆ ਕੰਪਨੀ ਨੂੰ ਖਜ਼ਾਨਾ ਪ੍ਰਾਪਤ ਹੋਇਆ, ਧਨ ਪ੍ਰਾਪਤ ਹੋਇਆ, ਤਾਂ ਰਣਜੀਤ ਸਿੰਘ ਦਾ ਖਜ਼ਾਨਾ ਸੀ। ਦੁਨੀਆਂ ਦੇ ਵਿੱਚ ਦੋ ਐਸੇ ਰਾਜ ਹੋਏ ਨੇ ਜਿਨ੍ਹਾਂ ਨੇ ਵਰਲਡ ਬੈਂਕ ਦੇ ਕੋਲੋਂ, ਅੰਗਰੇਜ਼ਾਂ ਦੀ ਉਸ ਕੰਪਨੀ ਦੇ ਕੋਲੋਂ ਕਰਜ਼ਾ ਨਹੀਂ ਲਿਆ, ਇੱਕ ਨੈਪੋਲੀਅਨ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ,
ਇਹ ਜਿਹੜੀ ਈਸਟ ਇੰਡੀਆ ਕੰਪਨੀ ਹੈ ਇਹਦੇ ਮਾਲਕ ਕੌਣ ਸੀ? ਰੌਥਸਚਾਈਲਡ, ਮਿਸ਼ਲ ਬਾਇਰ, ਰੌਕਫੀਲਡ, ਬਾਇਰ ਫੈਮਿਲੀ, ਇਹ ਜਿੰਨੀਆਂ ਵੀ ਵੱਡੀਆਂ ਅੱਜ ਸਨਅਤਕਾਰੀ ਘਰਾਣੇ ਨੇ ਇਹ ਸਾਰੇ ਵਰਲਡ ਬੈਂਕਰ ਨੇ ਔਰ ਈਸਟ ਇੰਡੀਆ ਕੰਪਨੀ ਦੇ ਮਾਲਕ ਵੀ ਇਹੀ ਸਨ। ਬਹੁਤ ਸਾਰਾ ਧਨ ਦੌਲਤ ਜਿਹੜਾ ਸੀ ਉਹ ਡੋਗਰੇ ਲੈ ਗਏ। ਉਹਨਾਂ ਡੋਗਰਿਆਂ ਨੇ 70,000 ਸੋਨੇ ਦੀਆਂ ਨਾਨਕਸ਼ਾਹੀ ਮੋਹਰਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਫਤਿਹ ਕੀਤਾ ਹੋਇਆ ਲੇਹ ਤੇ ਲਦਾਖ ਵੀ ਖਰੀਦ ਲਿਆ। 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਹੈ, ਜੰਮੂ ਕਸ਼ਮੀਰ ਦੀ ਵੰਡ ਨਹੀਂ ਸੀ, ਉਸ ਸਟੇਟ ਸਟੀਲ ਐਗਰੀਮੈਂਟ ਵਿੱਚ ਵੱਖਰਾ ਦੇਸ਼ ਜਿਹੜਾ 2 ਮਹੀਨੇ ਰਿਹਾ, ਪਰ ਉੱਥੇ ਇੱਕ ਸਮੱਸਿਆ ਸੀ। 52% ਪੰਜਾਬੀ ਬੋਲਦੇ ਪੰਜਾਬੀ, ਡੋਗਰੀ ਵੀ ਘੱਟ ਸੀ, ਉਰਦੂ ਵੀ ਘੱਟ ਸੀ, ਪੰਜਾਬੀ ਜ਼ਿਆਦਾ ਸੀ। ਉੱਧਰਲੇ ਪਾਸੇ ਜਨਾਹ ਨੂੰ ਫਿਕਰ ਸੀ ਕਿ ਸਿੱਖ ਵਸੋਂ ਜ਼ਿਆਦਾ ਹੈ, ਕਿਸੇ ਵੇਲੇ ਵੀ ਇੱਧਰਲੇ ਪਾਸੇ ਆ ਸਕਦੇ ਨੇ। ਇੱਧਰ ਨਹਿਰੂ ਨੂੰ ਵੀ ਖਤਰਾ ਸੀ ਕਿ ਸਿੱਖ ਵਸੋਂ ਜ਼ਿਆਦਾ ਹੈ, ਪੰਜਾਬ ਦੇ ਨਾਲ ਇੱਕ ਸਿੱਖ ਸਟੇਟ ਦੇ ਜਨਮ ਲੈ ਲਿਆ, ਸਾਡੇ ਵਾਸਤੇ ਖਤਰਾ ਹੋਵੇਗਾ। ਕਬਾਲੀਆਂ ਨੇ ਹਮਲਾ ਕਰ ਦਿੱਤਾ। ਉਹ 44 ਪਿੰਡ ਜਿਹੜੇ ਪਿੰਡ ਹਰੀ ਸਿੰਘ ਨਲੂਏ ਨੇ ਵਸਾਏ ਸੀ ਸਿਆਲਕੋਟ ਤੋਂ ਸਿੱਖਾਂ ਨੂੰ ਲਿਆ ਕੇ, ਉਹਨਾਂ 44 ਪਿੰਡਾਂ ਦੇ ਵਿੱਚੋਂ 3 ਦਿਨਾਂ ਦੇ ਵਿੱਚ 33,000 ਸਿੱਖਾਂ ਦਾ ਕਤਲੇਆਮ ਹੁੰਦਾ। ਮੈਂ ਕੱਲੇ ਕੱਲੇ ਪਿੰਡ ਦੀ ਤਫਸੀਲ ਜਾਂਦੀ ਹੈ, ਇੱਕ ਮੇਰੀ ਵੈਬਸਾਈਟ ਦੇ ਉੱਪਰ ਡਾਕੂਮੈਂਟਰੀ ਪਈ ਹੈ 2 ਘੰਟੇ ਦੀ, ਉਸ ਡਾਕੂਮੈਂਟਰੀ ਵਿੱਚ ਮੈਂ ਕੱਲੇ ਕੱਲੇ ਪਿੰਡ ਦੀ ਤਫਸੀਲ ਦਿੱਤੀ ਹੈ ਕਿ ਕਿਹੜੇ ਪਿੰਡ ਦੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ। 4 ਪਿੰਡ ਤਾਂ ਇਵੇਂ ਦੇ ਨੇ ਜਿੱਥੇ ਜਿਸ ਤਰ੍ਹਾਂ ਅੱਜ ਮੇਰੀਆਂ ਭੈਣਾਂ ਵੇਖੀਆਂ ਨਾ, ਇੱਕ ਢੇਟਾ ਲਗਾਉਣਾ ਪਿੰਡ ਹੈ। ਉਸ ਪਿੰਡ ਦੇ ਵਿੱਚ ਕੀ ਕੀਤਾ, ਉਹਨਾਂ ਨੂੰ ਪਤਾ ਸੀ ਕਿ ਸਾਰੇ ਘੇਰੇ ਗਏ ਮਾਰੇ ਜਾਣਾ, ਉਹਨਾਂ ਨੇ ਪਰਿਵਾਰ ਦੀਆਂ 140 ਜਵਾਨ ਬੱਚੀਆਂ ਇੱਕ ਕਮਰੇ 'ਚ ਬਿਠਾਈਆਂ ਅਤੇ ਅੱਗ ਲਾ ਕੇ ਆਪ ਸਾੜ ਦਿੱਤੀਆਂ ਇੱਜ਼ਤ ਨਾਲ। ਅਕਾਲੀ ਠਾਕਰ ਸਿੰਘ ਨੇ ਆਪਣੇ ਪਰਿਵਾਰ ਦੀਆਂ 25 ਬੱਚੀਆਂ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਸਿਰ ਤੋਂ ਜੁਦਾ ਕੀਤੇ। ਇਹਨਾਂ ਦੀ ਇੱਜ਼ਤ ਨਾ ਲੁੱਟੀ ਜਾਵੇ, ਉਹਦੀ ਤਲਵਾਰ ਅੱਜ ਮੇਰੀ ਲਾਇਬ੍ਰੇਰੀ 'ਚ ਪਈ ਹੈ, ਜਿਹਦੇ ਨਾਲ 25 ਬੱਚੀਆਂ ਦੇ ਸਿਰ ਕੱਟ ਦਿੱਤੇ। 33,000 ਸਿੱਖ ਜਿਹੜਾ ਸ਼ਹੀਦ ਹੁੰਦਾ ਹੈ। ਕਸ਼ਮੀਰ ਦੇ ਜਿਹੜੇ ਲੀਡਰ ਨੇ ਮਾਸਟਰ ਤਾਰਾ ਸਿੰਘ ਨੂੰ ਮਿਲਦੇ ਨੇ, ਮਾਸਟਰ ਤਾਰਾ ਸਿੰਘ ਮਹਾਰਾਜਾ ਪਟਿਆਲਾ ਨੂੰ ਜਿਹੜਾ ਚਿੱਠੀ ਭੇਜਦਾ ਹੈ ਅਤੇ ਮਹਾਰਾਜਾ ਪਟਿਆਲਾ ਫਿਰ ਫਸਟ ਸਿੱਖ ਰੈਜੀਮੈਂਟ ਭੇਜਦਾ, ਜਿਹਦੇ ਕਰਕੇ ਉੱਥੋਂ ਦੇ ਸਿੱਖਾਂ ਦਾ ਬਚਾਅ ਹੁੰਦਾ ਅਤੇ ਉਹ ਜਿਹੜਾ ਜੰਮੂ ਕਸ਼ਮੀਰ ਦਾ ਰਾਜਾ ਉਸ ਵੇਲੇ ਹਰੀ ਸਿੰਘ ਸੀਗਾ, ਉਹਦਾ ਜਿਹੜਾ ਵਜ਼ੀਰ ਵੀ ਹਰੀ ਸਿੰਘ ਸੀਗਾ, ਉਹ ਫਿਰ ਪਟੇਲ ਅਤੇ ਨਹਿਰੂ ਨਾਲ ਮਿਲ ਕੇ ਇਹਨਾਂ ਨੂੰ ਕਸ਼ਮੀਰ ਦਾ ਕਬਜ਼ਾ ਦੇ ਦਿੰਦਾ ਹੈ। ਉਹਦੇ ਵਿੱਚ RSS ਦੀ ਕੋਈ ਭੂਮਿਕਾ ਨਹੀਂ। 33,000 ਸ਼ਹਾਦਤਾਂ ਸਾਡੀਆਂ ਹੁੰਦੀਆਂ। ਵਸਾਏ ਵੀ ਹਰੀ ਸਿੰਘ ਮਿਲਦੇ ਨੇ ਸੀ, ਇੱਜ਼ਤ ਬਚਾਉਣ ਦੇ ਵਾਸਤੇ ਸ਼ਹੀਦ ਵੀ ਸੀ। ਸੋ ਸਾਰੇ ਇਤਿਹਾਸ ਨੂੰ ਬਦਲਿਆ ਜਾ ਰਿਹਾ ਅਤੇ ਮਾਫ ਕਰਨਾ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਕੱਲ੍ਹ ਸਿੱਖਾਂ ਦੇ ਕੋਲ ਇਤਿਹਾਸ ਦਾ ਇੱਕ ਵੀ ਇਤਿਹਾਸ ਖੋਜ ਬੋਲ ਨਹੀਂ, ਕੋਈ ਇਸ ਦੀ ਦਰਸਕ ਸੈਂਟਰ ਨਹੀਂ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸਿਕ ਖੋਜਕਾਰ ਇਸ ਵੇਲੇ ਬਿਲਕੁਲ ਬੰਦ ਪਿਆ। ਕਰਮ ਸਿੰਘ ਹਿਸਟੋਰੀਅਨ ਅਤੇ ਡਾਕਟਰ ਡੰਡਾ ਸਿੰਘ ਤੋਂ ਬਾਅਦ ਕੋਈ ਖੋਜ ਦਾ ਕਾਰ ਅੱਗੇ ਨਹੀਂ ਵਧਿਆ ਅਤੇ ਅੱਜ ਅਸੀਂ ਖੋਜ ਨਹੀਂ ਕਰ ਰਹੇ। ਪਰ ਜਿਹੜੇ ਲੋਕ ਮਿਸ ਇੰਟਰਪ੍ਰੀਟੇਸ਼ਨ ਆਫ ਸਿੱਖ ਸਕ੍ਰਿਪਚਰ ਕਰ ਰਹੇ ਨੇ, ਜਿਹੜੇ ਲੋਕ ਇਤਿਹਾਸ ਦੀ ਤੋੜ ਮਰੋੜ ਕਰ ਰਹੇ ਨੇ, ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਦੇ ਕੋਲ 3,360 ਹੋਰ ਟਾਈਮ ਸਕਾਲਰ ਨੇ, 3,360 ਸਕਾਲਰ ਨੇ ਦੀਨ ਦਿਆਲ ਜੋ ਸੰਸਥਾਨ ਦੇ ਵਿੱਚ, ਜਿਹੜਾ ਸਾਰੇ ਹਿੰਦੁਸਤਾਨ ਦੇ ਇਤਿਹਾਸ ਨੂੰ ਰੀਰਾਈਟ ਕਰ ਰਹੇ, ਦੁਬਾਰਾ ਲਿਖ ਰਹੇ ਅਤੇ ਅਸੀਂ ਆਪਣਾ ਲਿਖਿਆ ਵੀ ਗਵਾ ਰਹੇ। ਸੋ ਮੈਂ ਵਕਤ ਜ਼ਿਆਦਾ ਲੈ ਗਿਆ ਅਤੇ ਮੈਂ ਤਾਂ ਚੱਲ ਚੱਕਰ ਕਿੰਨੀਆਂ ਬੇਨਤੀਆਂ ਪ੍ਰਵਾਨ ਅਤੇ ਦੀ ਸਾਂਝ ਕਰਦਾ ਸਾਂ ਡਾਕਟਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।